ਪਤਾ ਨਹੀਂ ਵੱਡੇ ਅਫਸਰਾਂ ਨੂੰ ਵੇਖ ਕੇ ਵਿਜੀਲੈਂਸ ਨੂੰ ਕਿਉਂ ਟੱਟੀਆਂ ਲੱਗ ਜਾਂਦੀਆਂ ਹੈਗੀਆਂ। ਤੁਸੀਂ ਦੋ ਲੇਡੀਜ਼ ਫੜ ਲਈਆਂ ਜਿਨ੍ਹਾਂ ਦੇ ਨਾਮ ਰਜਿਸਟਰੀ ਕੀਤੀ ਆ, ਕਸੂਰਵਾਰ ADC ਹੈ ਕਿ ਜਨਾਨੀਆਂ ਨੇ? ADC ਨੂੰ ਕਿਉਂ ਨਹੀਂ ਫੜਿਆ ਹੈਗਾ? ਇਹ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਉਹ ਆਪਸ ਦੇ ਵਿੱਚ ਮਿਲੇ ਹੋਏ ਨੇ। ਜਿਵੇਂ ਲਾਲ ਚੰਦ ਕਟਾਰੂ ਚੱਕ ਨੇ ਗਲਤੀ ਕੀਤੀ, ਉਸ 'ਤੇ ਉਹਦੀ ਗਲਤੀ ਛਪਾਉਣ ਵਾਸਤੇ ਕੁਲਦੀਪ ਸਿੰਘ ਧਾਲੀਵਾਲਾ ਹੁਣ ਨੇ ਗਲਤੀ ਕਰਤੀ ਹੈ। ਸਾਡੇ ਕੋਲ ਜੇ ਮੰਨ ਲਓ ਤਜਰਬਾ ਘੱਟ ਆ, ਪਹਿਲੀ ਵਾਰ ਮੰਤਰੀ ਬਣੇ ਨੇ, ਤੁਸੀਂ ਜਦੋਂ ਵੀ ਕੋਈ ਟਰਾਂਸਫਰ ਆਉਂਦੀ ਆ ਤੁਹਾਡੇ ਨਾਲ ਇੱਕ ਸਿਆਣੇ ਸਿਵਲ ਸਕੱਤਰੇਤ ਦੇ ਇੱਕ ਪ੍ਰਾਈਵੇਟ ਸੈਕਟਰੀ ਹੁੰਦੇ ਨੇ ਜਿਨ੍ਹਾਂ ਕੋਲ 20-22 ਸਾਲ ਦਾ ਤਜਰਬਾ ਹੁੰਦਾ। ਪਰ ਵੱਡੀ ਬਹਾਦਰੀ ਦੇਖੋ ਪੰਜਾਬ ਵਿਜੀਲੈਂਸ ਬਿਊਰੋ ਪਠਾਨਕੋਟ ਦੀ, ਦੋ ਜਨਾਨੀਆਂ ਫੜ ਲਈਆਂ। ਉਹ ਯਾਰ ਫੜਨਾ ਤਾਂ ADC ਨੂੰ ਫੜੋ। ਕਰੋੜਾਂ ਰੁਪਏ ਦਾ ਕਹਿੰਦੇ ਕਥਿਤ ਤੌਰ 'ਤੇ ਘਪਲਾ ਹੋ ਗਿਆ, ਮੰਤਰੀਆਂ 'ਤੇ ਵੀ ਸਵਾਲ ਉੱਠੇ, ਦੋ ਔਰਤਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। 7 ਦਿਨਾਂ ਦੀ ਖੇਡ, ਪਹਿਲਾਂ ਉਹ BDP, ਉਹਨੂੰ ਫਿਰ DDP ਬਣਾਇਆ ਗਿਆ, ਫਿਰ ਉਹਨੂੰ ਕਾਰਜਕਾਰੀ ADC ਲਾ ਦਿੱਤਾ। ਐਜ਼ ਏ ਡਿਪਟੀ ਡਾਇਰੈਕਟਰ 7 ਸਾਲ ਦਾ ਤਜਰਬਾ ਹੋਣਾ ਚਾਹੀਦਾ। ਕਟਾਰੂ ਚੱਕ ਮੰਤਰੀ ਸਾਹਿਬ ਨੇ ਸਿਫਾਰਿਸ਼ ਕਰ ਦਿੱਤੀ ਉਸ ADC ਕੁਲਦੀਪ ਸਿੰਘ ਦੀ, ਇਹਦੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਡਾਇਰੈਕਟਰ ਨੇ ਦੇਖਣਾ ਸੀ, ਸੈਕਟਰੀ ਨੇ ਦੇਖਣਾ ਸੀ, ਸੁਪਰਡੈਂਟ ਨੇ ਦੇਖਣਾ ਸੀ ਅਤੇ ਮਿਨਿਸਟਰ ਨੇ ਦੇਖਣਾ ਸੀ। ਇੱਥੋਂ ਹੀ ਗੜਬੜੀ ਸ਼ੁਰੂ ਹੋ ਗਈ। ਫਾਈਲਾਂ ਦੇ ਵਿੱਚ ਪਹੀਏ ਲੱਗ ਜਾਂਦੇ ਨੇ, ਪਹੀਏ ਬੜੇ ਮਜ਼ਬੂਤ ਲੱਗਦੇ ਨੇ ਕਿ ਸਿੱਧੇ ਭੱਜੇ ਹੀ ਆਉਂਦੇ ਹੈਗੇ ਨੇ, ਘੁੱਗੀਆਂ ਹੀ ਵੱਜਦੀਆਂ ਉਹ ਪਹੀਏ ਆ, ਪਹੀਆਂ ਦੇ ਵਿੱਚ ਜਾਨ ਹੀ ਬੜੀ ਹੈਗੀ ਆ। ਪੰਜਾਬ ਵਿਜੀਲੈਂਸ ਬਿਊਰੋ ਦੀ ਬਹਾਦਰੀ ਦੇਖ ਲਓ। ਸੂਬੇ ਦੇ ਮੁੱਖ ਸਕੱਤਰ ਨੇ ਤੁਰੰਤ ਨੋਟਿਸ ਲਿਆ ਅਨੁਰਾਗ ਵਰਮਾ ਸਾਹਿਬ ਨੇ, ਇਹਨਾਂ ਨੇ 10 ਦਿਨ ਲਾ ਤੇ ਪਰਚਾ ਦਰਜ ਕਰਨ ਵਾਸਤੇ। ਜਿਹੜਾ ADC ਰਾਤਾਂ ਦੇ ਵਿੱਚ ਹੀ BDPO ਤੋਂ DDPO ਬਣ ਗਿਆ, ਫਿਰ ADC ਬਣ ਗਿਆ, ਕੀ ਪਤਾ ਅੱਜ ਵੀ ਮੰਤਰੀਆਂ ਦਾ ਹੱਥ ਹੋਵੇ। ਇਸ ਕਰਕੇ ਉੱਥੇ ਜਿਹੜਾ ਵਿਜੀਲੈਂਸ ਦਾ DSP ਡਰ ਗਿਆ। ਜ਼ਮੀਨ ਕਿਹਨੇ ਕੀਤੀ ਹੈਗੀ ਹੈ? ਉਹ ADC ਨੇ। ADC ਨੂੰ ਕਿਹਨੇ ਲਵਾਇਆ? ਮੰਤਰੀਆਂ ਨੇ। ਤੂੰ ਜੇ ਮੰਤਰੀ ਨੂੰ ਹਿੰਮਤ ਨਹੀਂ ਹੈਗੀ, ਘੱਟੋ ਘੱਟ ਰੂਰਲ ਡਿਵੈਲਪਮੈਂਟ ਦੇ ਡਾਇਰੈਕਟਰ ਨੂੰ ਇਨਵੋਲਵ ਕਰੋ, ਇਹਦੇ 'ਚ ਨਾਮਜ਼ਦ ਕਰੋ, ਸੈਕਟਰੀ ਨੂੰ ਨਾਮਜ਼ਦ ਕਰੋ ਨਾ। ਔਰਤਾਂ ਦਾ ਤਾਂ ਇੰਨਾ ਕਸੂਰ ਨਹੀਂ ਆ, ਕਸੂਰ ਤਾਂ ਉਹਨਾਂ ਦੇ ਘਰ ਵਾਲਿਆਂ ਦਾ ਹੋਊਗਾ ਨਾ, ਜਿਨ੍ਹਾਂ ਨੇ ਆਪਣੀਆਂ ਘਰ ਵਾਲੀਆਂ ਹੀ ਬੱਕਰੀਆਂ ਬਣਾ ਦਿੱਤੀਆਂ ਹੈਗੀਆਂ ਜੀ। ਵਿਜੀਲੈਂਸ ਪਿੱਕ ਐਂਡ ਚੂਜ਼ ਕਰਦੀ ਆ ਵੀ ਕਾਂਗਰਸੀਆਂ ਦੇ ਖਿਲਾਫ਼ ਪਰਚੇ ਦਰਜ ਕਰ ਦਿਓ, ਜੇ ਕੋਈ ਆਪਣੇ ਬੰਦੇ ਆ ਗਏ ਤਾਂ ਉਹਨਾਂ ਦੇ ਖਿਲਾਫ਼ ਪਰਚੇ ਨਾ ਦਰਜ ਕਰੋ। ਪਰ ਭਗਵੰਤ ਮਾਨ ਦੇ ਆਦੇਸ਼ 'ਤੇ ਹੋ ਨਹੀਂ ਸਕਦੇ। ਭਗਵੰਤ ਮਾਨ ਨੇ ਕਹਿਣਾ ਕਿ ਸਾਰਿਆਂ ਨੂੰ ਇੱਕੋ ਅੱਖ ਦੇ ਨਾਲ ਦੇਖੋ, ਪਰ ਉਹ ਵਿਜੀਲੈਂਸ ਵਾਲਿਆਂ ਦੀ ਸ਼ਾਇਦ ਇੱਕ ਅੱਖ 'ਚ ਘੱਟਾ ਪੈ ਜਾਂਦਾ ਹੋਊਗਾ। ਸੁਖਪਾਲ ਸਿੰਘ ਖਹਿਰ ਹੋਣਾ ਕਿਹਾ ਕਿ ਸਿਰਫ ਤੁਸੀਂ ਕੁਲਦੀਪ ਸਿੰਘ ਨੂੰ ਹੀ ਕਿਉਂ ਫੜਿਆ, ਉਹਦੇ ਖਿਲਾਫ਼ ਹੀ ਕੋਈ ਪਰਚਾ ਦਰਜ ਕੀਤਾ ਗਾ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ, ਮੈਂ ਹਾਂ ਸੰਦੀਪ ਲਾਦੂਕਾ। ਗੱਲ ਕਰਾਂਗੇ ਪੰਜਾਬ ਦੇ 2-3 ਪੱਖ ਦੇ ਮਸਲਿਆਂ ਦੇ ਉੱਤੇ। ਇੱਕ ਉਹ 100 ਕਰੋੜ ਜਿਹੜੀ ਏਕੜ ਜ਼ਮੀਨ ਹੈ ਉਸ ਨੂੰ ਲੈ ਕੇ ਕਰੋੜਾਂ ਰੁਪਏ ਦਾ ਕਹਿੰਦੇ ਕਥਿਤ ਤੌਰ 'ਤੇ ਘਪਲਾ ਹੋ ਗਿਆ, ਮੰਤਰੀਆਂ 'ਤੇ ਵੀ ਸਵਾਲ ਉੱਠੇ, ਦੋ ਔਰਤਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਇਹ ਮਸਲਾ ਕਿੱਥੇ ਤੱਕ ਪੁੱਜਿਆ ਇਸ 'ਤੇ ਗੱਲ ਕਰਾਂਗੇ। ਨਾਲ ਹੀ ਗੱਲ ਕਰਾਂਗੇ ਕਿ ਪੰਜਾਬ ਦਾ ਕਿਸਾਨ ਹੀ ਸਭ ਤੋਂ ਵੱਧ ਕਰਜ਼ੇ ਦੀ ਭਾਰੀ ਭੰਡ ਚੁੱਕੀ ਫਿਰਦਾ, ਇਹ ਭੰਡ ਲਗਾਤਾਰ ਕਰਜ਼ੇ ਦੀ ਭਾਰੀ ਕਿਉਂ ਹੁੰਦੀ ਜਾ ਰਹੀ ਹੈ, ਵਜ੍ਹਾ ਕੀ ਹੈ। ਨਾਲ ਗੱਲ ਕਰਾਂਗੇ ਆਏ ਦਿਨ ਸੱਥਰ ਵਿਛ ਰਹੇ ਨੇ ਨਸ਼ਿਆਂ ਦੇ ਮੁੱਦੇ ਕਰਕੇ। ਲੰਬੀ ਹਲਕੇ ਦੇ ਇੱਕ ਪਿੰਡ ਤੋਂ ਖਬਰ ਆਈ ਹੈ, ਬਹੁਤ ਹੀ ਮੰਦਭਾਗੀ, ਇੱਕ ਮਾਂ ਦੇ 2 ਪੁੱਤਰ ਵਿਛੜ ਚੁੱਕੇ ਨੇ ਔਰ ਇਸ ਤੋਂ ਇਲਾਵਾ ਉਸਦੇ ਘਰ ਦੇ ਵਿੱਚ ਹੁਣ ਰਹਿ ਕੌਣ ਗਿਆ, ਮਗਰ ਬਚਿਆ ਕੀ ਹੈ, ਇਸ 'ਤੇ ਵੀ ਗੱਲ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਬਹੁ ਚਰਚਿਤ ਮਸਲੇ ਦੀ ਗੱਲ ਕਰ ਲਈਏ, ਮਸਲਾ ਛੋਟਾ ਨਹੀਂ, 100 ਏਕੜ ਜ਼ਮੀਨ ਦਾ ਹੈ, ਪ੍ਰਾਈਵੇਟ ਵਿਅਕਤੀਆਂ ਦੇ ਨਾਂ ਟੇਢੇ ਢੰਗ ਨਾਲ ਕਰ ਦਿੱਤੀ ਗਈ, ਹੁਣ ਲਗਾਤਾਰ ਪਰਚਾ ਵੀ ਸ਼ੁਰੂਆਤ ਹੋ ਚੁੱਕੀ ਹੈ, ਗ੍ਰਿਫਤਾਰੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ, ਹੁਣ ਇਹ ਗੱਲ ਕਿੱਥੇ ਜਾ ਕੇ ਖੜੇਗੀ ਅਤੇ ਹਾਲੇ ਵਿਰੋਧੀਆਂ ਨੂੰ ਖਾਸ ਕਰਕੇ ਇਸ ਮਸਲੇ ਦੇ ਉੱਤੇ ਸੰਤੁਸ਼ਟੀ ਕਿਉਂ ਨਹੀਂ ਹੈ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਬੜਾ ਇਹ ਗੰਭੀਰ ਕਿਸਮ ਦਾ ਕੇਸ ਸੀ ਕਿ ਕਿਵੇਂ ਇੱਕ ਸਰਕਾਰੀ ਅਧਿਕਾਰੀ ਨੂੰ ਦਿਨਾਂ ਦੇ ਵਿੱਚ ਤਰੱਕੀ ਦਿੱਤੀ ਗਈ, 7 ਦਿਨਾਂ ਦੀ ਖੇਡ, ਅਤੇ 7 ਦਿਨਾਂ ਦੀ ਖੇਡ ਦੇ ਵਿੱਚ ਉਹਨੇ ਕੀ ਕੁਝ ਚੰਦ ਚਾੜੇ ਹੋਣਗੇ। ਪਹਿਲਾਂ ਉਹ BDP, ਉਹਨੂੰ ਫਿਰ DDP ਬਣਾਇਆ ਗਿਆ, ਫਿਰ ਉਹਨੂੰ ਕਾਰਜਕਾਰੀ ADC ਲਾ ਦਿੱਤਾ। ਰੂਲ ਇਹ ਕਹਿੰਦੇ ਨੇ ਕਿ ਜਿਹੜਾ ADC ਡਿਵੈਲਪਮੈਂਟ ਲਾਉਣਾ, ਜਿਹੜਾ ਰੂਰਲ ਡਿਵੈਲਪਮੈਂਟ ਦਾ ਕੋਟਾ ਹੈਗਾ, ਉਹਦੇ 'ਚ ਐਜ਼ ਏ ਡਿਪਟੀ ਡਾਇਰੈਕਟਰ 7 ਸਾਲ ਦਾ ਤਜਰਬਾ ਹੋਣਾ ਚਾਹੀਦਾ। ਕਟਾਰੂ ਚੱਕ ਮੰਤਰੀ ਸਾਹਿਬ ਨੇ ਸਿਫਾਰਿਸ਼ ਕਰ ਦਿੱਤੀ ਉਸ ADC ਕੁਲਦੀਪ ਸਿੰਘ ਦੀ, ਇਹਦੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਡਾਇਰੈਕਟਰ ਨੇ ਦੇਖਣਾ ਸੀ, ਸੈਕਟਰੀ ਨੇ ਦੇਖਣਾ ਸੀ, ਸੁਪਰਡੈਂਟ ਨੇ ਦੇਖਣਾ ਸੀ ਅਤੇ ਮਿਨਿਸਟਰ ਨੇ ਦੇਖਣਾ ਸੀ। ਇੱਥੋਂ ਹੀ ਗੜਬੜੀ ਸ਼ੁਰੂ ਹੋ ਗਈ ਕਿ ਆਖਿਰ ਮਨਸ਼ਾ ਕੀ ਸੀ ਇਸ ਮਸਲੇ ਦੇ ਵਿੱਚ। ਉਹ ਕੱਲ੍ਹ ਵੀ ਆਪਾਂ ਇੱਕ ਰਿਟਾਇਰਡ ਅਫਸਰ ਦੀ ਇੰਟਰਵਿਊ ਕੀਤੀ, ਉਹ ਕਹਿੰਦੇ ਕਿ ਫਾਈਲਾਂ ਦੇ ਵਿੱਚ ਪਹੀਏ ਲੱਗ ਜਾਂਦੇ ਨੇ, ਪਹੀਏ ਬੜੇ ਮਜ਼ਬੂਤ ਲੱਗਦੇ ਨੇ ਕਿ ਸਿੱਧੇ ਭੱਜੇ ਹੀ ਆਉਂਦੇ ਹੈਗੇ ਨੇ, ਘੁੱਗੀਆਂ ਹੀ ਵੱਜਦੀਆਂ, ਉਹ ਪਹੀਏ ਆ, ਪਹੀਆਂ ਦੇ ਵਿੱਚ ਜਾਨ ਹੀ ਬੜੀ ਹੈਗੀ ਆ। ਹੁਣ ਸਵਾਲ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਬਹਾਦਰੀ ਦੇਖ ਲਓ,
सूबे के मुख्य सकत्र ने तुरंत नोटिस लिया अनुराग वर्मा साहब ने, इन्होंने 10 दिन लाते परचा दर्ज करने वास्ते। और वड्डी बहादरी देखो पंजाब विजिलेंस ब्यूरो पठानकोट की, दो जनानियां फड़ लिया, वो यार फड़ना तो ADC नू फड़ो, पता नहीं वड्डे अफसरां नू वेख के विजिलेंस नू क्यों टट्टियां लग जांदियां हैगियां, क्यों इन्हां नू डर लगता है। तुसीं दो लेडीज़ फड़ लिया जिन्हां दे नाम रजिस्ट्री कीती है, कसूरवार ADC है कि जनानियां ने, ADC नू क्यों नहीं फड़िया है। इहदा मतलब यह है कि अज भी तुसीं सरकार बचा रही हो उस ADC नू, जां खाना पूर्ति वास्ते उत्ते परचा दर्ज करता मंत्री दा किसे दा हाथ होवे, क्योंकि अगे ही सवाल बड़े उठ रहे हैं कि उस ADC नू दिनों च तरक्की दित्ती गई, अज भी जेकर उसकी परचा दर्ज होने के बावजूद गिरफ्तारी नहीं होंदी फिर वजह की है। हो सकता जिहड़ा ADC रातां दे विच ही BDPO तो DDPO बन गया फिर ADC बन गया, की पता अज भी मंत्रियों का हाथ होवे, इस करके उत्थे जिहड़ा विजिलेंस का DSP डर गया, जां पठानकोट जिहड़ा विजिलेंस है वो डर गई पूरे दी पूरी। फिर तुसीं 8 जणे ते परचा दर्ज किया है 420 दा 409 दा जो भी है IPC दे तहत, इन्हां नाले करप्शन 13(1)A, 13(2) दे तहत परचा दर्ज कर दिता है, पर तुसीं ADC क्यों नहीं फड़िया है, ADC नूं फरार है कि मतलब है। और 8 जणे ते परचा दर्ज किया हो तो तुहानूं जनानियां पूर्ति करन वास्ते देखो जी असीं उन्हां नूं फड़ लिया, वो यार फड़ना तो ADC नूं फड़ो ना, लेडीज़ का तो की मतलब है, जे उन्हें जमीन किने कीती हैगी है वो ADC ने, ADC नूं किने लवाया मंत्रियां ने, जां तू जे मंत्री नूं हिम्मत नहीं हैगी घट्टो घट रूरल डिवेलपमेंट के डायरेक्टर इनवॉल्व करो, ये नामजद करो, सैकटरी नामजद करो ना जिन्हें फाइल नहीं देखी हैगी। जब CDC परसोनल डिपार्टमेंट के रूल ये कहें करंट ड्यूटी चार्ज जिन्हों कहें, वो जे इन्होंने 1 अक्तूबर 2016 के पास किए पंजाब सरकार ने कि कितने भी जे तुम नियुक्ति या तैनाती करनी है तुम परसोनल डिपार्टमेंट के प्रवानगी लैनी पैंदी है, कि इस कुलदीप सिंह के मसले के प्रवानगी ली कि डायरेक्टर ने फाइल नहीं चंगी तरह देखी, सुपरडेंट ने देखी, डीलिंग कलर्क ने देखी, कि सैकटरी ने डिपार्टमेंट ने देखी। आप मन के चलते लालचंद कटारू चक साहब, क्योंकि मंत्रियों सिफारिश आ जाएगी एप्लीकेशन दी उन्होंने लिख के देती कि यदि बनती जो भी है इनू प्रमोशन जा इन नवें थान पर लगया जाए, आप मान लें उन्होंने लिख के देता होगा, ये जिम्मेवारी रूरल डिवेलपमेंट की ना, उन्हें देखना सी ना कि जे फलाने मंत्री ने सिफारिश कर दी है वह बंदा शर्तां पूरियां करदा उहदी सर्विस किन्नी बची है। 7 दिन की खेड़ आ, 21 तरीक तो मसला शुरू होया और छुट्टी वाले दिन ही नाम चाढ़ दिंदा है जी, 28 फरवरी वो रिटायर हो जाता, 25-26 की शनि एतवार छुट्टी आ। हुण सवाल यह आ कि इस मसले दे विच जिहड़ी अज पंजाब विजिलेंस ब्यूरो ने 10-12 दिन बाद मसला 19 जुलाई का अगस्त 19 जुलाई 19 अगस्त आने वाली होगी, तो जिहड़ा विजिलेंस ने ड्रामा जिहा कीता जे गुरदासपुर दे जे फड़ना सी ते ADC नूं फड़ दे, ये जिहड़े बाकी 7 जणे तुसीं नामजद किते भी फड़े जाने सी, लेडीज़ ने कित्थे भज के चले जाना सी, औरतां दा ते इन्ना कसूर नहीं आ, कसूर तो उन्होंने घर वालों का होगा ना जिन्हां ने अपनी घर वालियां ही बकरियां बना दी है जी, है ना, पैसे बंदियां दे ते रजिस्ट्री नावां दे करा ली हैगी, हो सकदा इस करके करा ली होगी कि लेडीज़ दे 1% घट लगती हैगी है, चलो जो भी है, पर ADC नूं क्यों नहीं फड़िया गया, कुलदीप सिंह नूं की पंजाब विजिलेंस ते दबा ADC दा जां मंत्रियों का दबा जां सरकार दा दबा, और ADC नूं जे तुसीं नहीं फड़दे इहदा मतलब आ कि पंजाब विजिलेंस ब्यूरो भी खाना पूर्ति कर रही है, वड्डे अफसरां नूं हत्थ पाउण वास्ते लगदा कि इन्हां च हिम्मत नहीं आएगी। औरतों नूं फड़ोगे अमरूदां दा बाग वाला घपला आ, कोई IAS अफसर की घरवाली नहीं फड़ी, एक 93 साल की बीबी जी नूं फड़ लिया, एक विधवा औरत नूं फड़ लिया, उस तो बाद विजिलेंस चुप करके बैठ गया, हुण तो जिहड़े वड्डे लोकां वाल उह विजिलेंस मूँह नहीं करता। पर हुण कांग्रेस पार्टी ये कह रही है कि ये सिर्फ बली का बकरा ADC नूं क्यों बना रहे हो, चोर नूं क्यों फड़ दे, चोर की माँ नूं फड़ो, हुण सवाल है कि इत्थे चोर ते एक वा पर चोर दियां मावां कई ने, मंत्री भी ने, डिपार्टमेंट के भी अधिकारी ने वड्डे तो वड्डे, और इस मसले दे विच चाहे श्रोमणी अकाली दल है चाहे कांग्रेस पार्टी, उन्होंने भी मंग की कि इस मसले की CBI जांच होनी चाहिए। देखो 100 एकड़ जमीन पंचायती गोल पिंड की नरोट जैमल सिंह माइनिंग वास्ते कहिंदे चंगी बड़ी जमीन है, सरकार अगर उत्तों 1 नंबर की माइनिंग करवाउंदी खुद करती है, जिवें इन्होंने रेता दे खोले सी डिपू, सरकार नूं 100 करोड़ रुपया आना उस 45 किल्लियां चो,
ਇਹਦਾ ਮਤਲਬ ਆ ਕਿ ਮਾਈਨਿੰਗ ਮਾਫੀਏ ਦਾ ਹੱਥ ਸੀ ਇਹ ਜਿਹੜੇ ਸੱਤ ਜਾਣੇ ਆ ਜਿਨ੍ਹਾਂ ਨੇ ਆਪਣੀਆਂ ਜਨਾਨੀਆਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਹੈਗਾ ਇਹਨਾਂ ਦਾ ਮਾਈਨਿੰਗ ਦਾ ਹੱਥ ਸੀ ਜਾਂ ਭੂ ਮਾਫੀਏ ਦਾ ਜਾਂ ਸੈਂਡ ਮਾਫੀਏ ਦਾ ਹੱਥ ਸੀ ਇਹਦਾ ਇੱਕ ਪਰਦਾ ਫਾਸ਼ ਹੋਣਾ ਚਾਹੀਦਾ ਔਰ ਵਿਜੀਲੈਂਸ ਅਗਰ ਇੱਦਾਂ ਡਰ ਡਰ ਕੇ ਕਾਰਵਾਈ ਕਰਨ ਲੱਗ ਪਈ ਹੈਗੀ ਫਿਰ ਤਾਂ ਲੋਕਾਂ ਨੇ ਕਹਿਣਾ ਹੀ ਆ ਕਿ ਵਿਜੀਲੈਂਸ ਪਿੱਕ ਐਂਡ ਚੂਜ਼ ਕਰਦੀ ਆ ਵੀ ਕਾਂਗਰਸੀਆਂ ਦੇ ਖਿਲਾਫ਼ ਪਰਚੇ ਦਰਜ ਕਰ ਦਿਉ ਜੇ ਕੋਈ ਆਪਣੇ ਬੰਦੇ ਆ ਗਏ ਤਾਂ ਉਹਨਾਂ ਦੇ ਖਿਲਾਫ਼ ਪਰਚੇ ਨਾ ਦਰਜ ਕਰੋ ਪਰ ਭਗਵੰਤ ਮਾਨ ਦੇ ਆਦੇਸ਼ ਤਾਂ ਹੋ ਨਹੀਂ ਸਕਦੇ ਭਗਵੰਤ ਮਾਨ ਨੇ ਕਹਿਣਾ ਕਿ ਸਾਰਿਆਂ ਨੂੰ ਇੱਕੋ ਅੱਖ ਦੇ ਨਾਲ ਦੇਖੋ ਪਰ ਉਹ ਵਿਜੀਲੈਂਸ ਵਾਲਿਆਂ ਦੀ ਸ਼ਾਇਦ ਇੱਕ ਅੱਖ 'ਚ ਘੱਟਾ ਪੈ ਜਾਂਦਾ ਹੋਊਗਾ ਵੀ ਉਹ ਇਹ ਦੇਖਦੇ ਹੀ ਇੱਕ ਅੱਖ ਦੇ ਨਾਲ ਜਾਂ ਕੋਈ ਅਫਸਰ ਅੱਖਾਂ ਤੋਂ ਕਾਣੇ ਹੋਣੇ ਨੇ ਸਵਾਲ ਇਹ ਹੈ ਕਿ ਹੁਣ ਜਿਹੜਾ ADC ਦਾ ਮਸਲਾ ਉਹ ਇਕੱਲਾ ਤਾਂ ਹੈ ਨਹੀਂ ਉਹਦੇ ਪਿੱਛੇ ਹੋਰ ਵੀ ਉਹਦੇ ਬਹੁਤ ਸਾਰੇ ਚਾਚੇ ਤਾਏ ਹੋਣੇ ਜਿਹੜੇ ਮਹਿਕਮਿਆਂ ਦੇ ਵਿੱਚ ਬੈਠੇ ਜਿਹੜੇ ਵਾਲੀ ਵਾਰਸ ਹੋਣੇ ਜੇ ਇੱਕ ਮੰਤਰੀ ਦੇ ਕਹਿਣ 'ਤੇ ਸਭ ਕੁਝ ਹੋ ਸਕਦਾ ਕਿ ਬੰਦਾ 20 ਤਰੀਕ ਤੱਕ BDPO ਸੀ 21 ਤਰੀਕ ਨੂੰ ਉਹ DDPO ਬਣ ਜਾਂਦਾ ਹੈਗਾ ਅਤੇ ਫਿਰ ਨਾਲ ਹੀ ਆਰਡਰ ਆ ਜਾਂਦੇ ਕਿ ਇਹਨੂੰ ਕਾਰਜਕਾਰੀ ADC ਲਗਾਇਆ ਜਾਂਦਾ ਹੈਗਾ ਔਰ ਸਭ ਤੋਂ ਵੱਡੀ ਜਿਹੜਾ ਅਸਲੀ ADC ਜਿਹੜੇ ਸ਼ਰਤਾਂ ਪੂਰੀਆਂ ਕਰਦਾ ਹੈ ਨਾ ਉਹ ਛੁੱਟੀ 'ਤੇ ਚਲਾ ਗਿਆ ਉਹਦਾ ਮਤਲਬ ਉਹਨੇ ਕੰਮ ਨਹੀਂ ਕੀਤਾ ਹੋਊਗਾ ਇਸ ਕਰਕੇ 100 ਏਕੜ ਜ਼ਮੀਨ ਇਹ ਜਿਹੜੇ 7 ਪਰਿਵਾਰ ਨੇ ਜਿਨ੍ਹਾਂ ਦੇ ਨਾਮ 'ਤੇ ਚਾੜ ਦਿੱਤੀ ਹੈਗੀ ਜਿਨ੍ਹਾਂ ਦੇ ਨਾਮ 'ਤੇ ਬੋਲਦੀ ਆ ਉਹ ਵੱਖਰੀ ਗੱਲ ਨੂੰ ਸਟੇਅ ਲੱਗ ਗਈ ਆ ਇਹ ਜਿਹੜੇ 7 ਜਣੇ ਪਰਿਵਾਰ ਆ ਜਿਨ੍ਹਾਂ 'ਚੋਂ ਅੱਜ 2 ਜਾਣਿਆਂ ਦੀਆਂ ਜਨਾਨੀਆਂ ਫੜ ਲਈਆਂ ਗਈਆਂ ਨੇ ਔਰਤਾਂ ਫੜ ਲਈਆਂ ਗਈਆਂ ਨੇ ਇਹ 7 ਜਾਣਿਆਂ ਦਾ ਪੋਲੀਟੀਕਲ ਕਨੈਕਸ਼ਨ ਕਿਹਦੇ ਨਾਲ ਇਹਨਾਂ 7 ਜਾਣਿਆਂ ਨੇ ਕਿਹਦੇ ਘਰ ਜਾ ਕੇ ਮਿਠਾਈਆਂ ਦੇ ਡੱਬੇ ਜਾਂ ਜੇਬਾਂ ਗਰਮ ਕੀਤੀਆਂ ਹੈਗੀਆਂ ਕੁਛ ਨਾ ਕੁਛ ਤਾਂ ਤੋਹਫੇ ਦਿੱਤੇ ਹੋਣਗੇ ਨਾ ਜਾਂ ਹੁਣ ਫਿਰ ਆਮ ਆਦਮੀ ਪਾਰਟੀ ਦੇ MLA ਅਤੇ ਮੰਤਰੀਆਂ ਦੇ ਲੋਕ ਗੁੱਟਾਂ ਵੱਲ ਵੇਖਦੇ ਨੇ ਵੀ ਜਿਹੜੀ ਰੋਲੈਕਸ ਦੀ ਘੜੀ ਆ ਜਿਹਦੀ 5 ਲੱਖ ਤੋਂ ਸ਼ੁਰੂ ਹੁੰਦੀ ਆ ਕੀਮਤ 28 ਲੱਖ ਤੱਕ ਆ ਕਈ ਤਾਂ ਵਿਚਾਰੇ ਬੰਨਦੇ ਵੀ ਹੈਗੇ ਨੇ ਕਦੀ ਵੇਖੀ ਨਹੀਂ ਨਾ 5 ਲੱਖ ਦੀ ਘੜੀ ਵੀ ਆਪਾਂ ਤਾਂ ਸੁਣੀ ਨਹੀਂ ਹੈਗੀ ਉਹ ਤਾਂ ਮੈਂ ਜਾ ਕੇ ਇੰਟਰਨੈਟ 'ਤੇ ਦੇਖਿਆ ਵੀ ਰੋਲੈਕਸ ਦੀ ਘੜੀ ਦਾ ਮੁੱਲ ਕਿੰਨਾ ਕੀ ਆ 5 ਲੱਖ ਤੋਂ ਸ਼ੁਰੂ ਹੁੰਦਾ 28 ਲੱਖ ਤੱਕ ਹੈਗੀ ਆ 40,000 ਦੇ ਬੂਟ ਅਤੇ ਉਹ ਵੀ ਆ ਅਤੇ ਇਹਦਾ ਮਤਲਬ ਜਿਹੜੇ ਹੁਣ MLA ਅਤੇ ਮੰਤਰੀ ਰੋਲੈਕਸ ਦੀਆਂ ਘੜੀਆਂ ਅਤੇ 40,000-40,000 ਦੇ ਬੂਟ ਪਾਉਂਦੇ ਨੇ ਇਹਦਾ ਮਤਲਬ ਫਿਰ ਇੱਦਾਂ ਹੀ ਆ 100 ਏਕੜ ਜ਼ਮੀਨ ਦਾ ਮਾਮਲਾ ਇੱਦਾਂ ਹੀ ਆ ਵੀ 100 ਏਕੜ ਤੁਹਾਡੇ ਨਾਮ ਕਰ ਦਿੰਦੇ ਹਾਂ ਸਾਡੀ ਵੀ ਕੁਛ ਹਿੱਸਾਪੱਤੀ ਕਰ ਲਓ ਸਾਨੂੰ ਵੀ ਕੋਈ ਦੇ ਦਿਉ ਚਾਹ ਪਾਣੀ ਹੁਣ ਚਾਹ ਪਾਣੀ ਤਾਂ ਮੋਟਾ ਜਿਹੜੇ ਗੁੱਟਾਂ ਦੇ ਰੋਲੈਕਸ ਘੜੀਆਂ ਅਤੇ ਪੈਰਾਂ ਦੇ ਥੱਲੇ 40-40,000 ਦੇ ਬੂਟ ਪਾਉਂਦੇ ਨੇ ਅਤੇ 51-52 ਲੱਖ ਦੀਆਂ ਗੱਡੀਆਂ ਰੱਖਦੇ ਨੇ ਫਿਰ ਐਵੇਂ ਤਾਂ ਨਹੀਂ ਆਉਂਦੀਆਂ ਇਸ ਕਰਕੇ ਲੱਗਦਾ ਕਿ ਬਹੁਤ ਵੱਡਾ ਮਸਲਾ ਤਾਂ ਹੀ ਤਾਂ ਜੋ ਸੁਖਪਾਲ ਸਿੰਘ ਖਹਿਰ ਹੋਣਾ ਕਿਹਾ ਕਿ ਸਿਰਫ ਤੁਸੀਂ ਕੁਲਦੀਪ ਸਿੰਘ ਨੂੰ ਹੀ ਕਿਉਂ ਨਹੀਂ ਫੜਿਆ ਉਹਦੇ ਖਿਲਾਫ਼ ਹੀ ਕੋਈ ਪਰਚਾ ਦਰਜ ਕੀਤਾ ਗਾ ਜਿਹੜੇ ਬਾਕੀ ਰਿਸਪੋਂਸੀਬਲ ਹੈਗੇ ਨੇ ਪਰਸਨ ਚਾਹੇ ਉਹ ਆਫਿਸਰ ਨੇ ਚਾਹੇ ਪੋਲੀਟੀਕਲ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ਼ ਕਿਉਂ ਨਹੀਂ ਪਰਚਾ ਦਰਜ ਉਹਨਾਂ ਕਿਉਂ ਨੂੰ ਨਹੀਂ ਤੁਸੀਂ 120B ਦੇ ਵਿੱਚ ਰੱਖਦੇ ਉਹਨਾਂ ਨੂੰ ਕਿਉਂ ਨਹੀਂ ਨਾਮਜ਼ਦ ਰੱਖਦੇ ਹੈਗੇ ਇਹ ਜਿਹੜੀ ਆ ਇਹ ਤਾਂ ਸ਼ਰੇਆਮ ਇਹ ਕਹਿੰਦੇ ਕਿ ਡਾਕਾ ਪਿਆ ਸੀ ਇਹਦੇ ਸ਼ੁਕਰ ਹੈ ਕਿ ਖ਼ਬਰਾਂ ਛੱਪ ਗਈਆਂ ਹੈਗੀਆਂ ਅਤੇ ਜਿਹੜੇ ਡਾਕੂ ਸੀ ਉਹ ਲੋਕਾਂ ਨੂੰ ਚਿਹਰੇ ਬੇਨਕਾਬ ਹੋ ਗਏ ਕਿ ਆਹ ਜਿਹੜੇ ਡਾਕੂ ਸੀ ਜਿਹੜੇ ਪਿੰਡ ਗੋਲ ਦੀ 100 ਏਕੜ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ ਅਤੇ ਮਾਈਨਿੰਗ 45 ਏਕੜ ਜ਼ਮੀਨ ਮਾਈਨਿੰਗ ਜਿੱਥੋਂ ਸਰਕਾਰ ਨੂੰ 100 ਕਰੋੜ ਰੁਪਈਆ ਕਮਾ ਸਕਦੀ ਸੀ ਉਹ ਐਵੇਂ ਲੋਕਾਂ ਦੇ ਨਾਮ ਕਰ ਦਿੱਤੀ ਹੈਗੀ ਆ ਅਤੇ ਇਹਦਾ ਮਤਲਬ ਆ ਕਿ ਉਹ ਜਿਹੜਾ ਕੁਲਦੀਪ ਸਿੰਘ ਆ ਉਹਨੂੰ ਪਤਾ ਸੀ ਕਿਉਂਕਿ ਉਹਦੇ ਕੋਲ ਐਜ ਏ ਕੁਲੈਕਟਰ ਪਾਵਰਾਂ ਨੇ ਅਤੇ ਜਦੋਂ ਐਜ ਏ ਕੁਲੈਕਟਰ ਪਾਵਰਾਂ ਵਾਂ ਹੁੰਦੀਆਂ ਨੇ ਜੁਡੀਸ਼ਲੀ ਪਾਵਰਾਂ ਹੁੰਦੀਆਂ ਨੇ ਅਤੇ ਉਹਨੂੰ ਤੁਸੀਂ ਚੈਲੇਂਜ ਨਹੀਂ ਕਰ ਸਕਦੇ ਹੈਗੇ ਉਹਦੇ ਸੁਣਾਏ ਹੋਏ ਫੈਸਲੇ ਰਿਪੀਲ ਹੋ ਸਕਦੇ ਨੇ ਉਸ 'ਤੇ ਮੁੜ ਗੌਰ ਹੋ ਸਕਦਾ ਪਰ ਹੁਣ ਮਾੜੀ ਭਾਵਨਾ ਸੀ ਇਸ ਕਰਕੇ ਉਸਦੇ ਖਿਲਾਫ਼ 420 ਤਹਿਤ ਮੁਕੱਦਮਾ ਦਰਜ ਹੋ ਗਿਆ ਪਰ ਇਹ ਤਾਂ ਹੈ ਕਿ ਬੜੀ ਸੋਚੀ ਸਮਝੀ ਸਾਜ਼ਿਸ਼ ਸੀ ਬੜੀ ਪਲੈਨਿੰਗ ਸੀ ਜਿਹਦਾ ਛੇਤੀ ਪਰਦਾ ਫਾਸ ਹੋ ਗਿਆ ਇਹ ਤਾਂ ਰੌਲਾ ਪੈ ਗਿਆ ਨਹੀਂ ਤਾਂ 100 ਏਕੜ ਜ਼ਮੀਨ ਦਾ ਤਾਂ ਕਾਲਾ ਮਾਲਾ ਹੋ ਗਿਆ ਸੀ ਅਤੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਮੰਤਰੀਆਂ ਉਹ ਜਿਹੜੇ ਮਾਰਦੇ ਸੀ ਥਾਪੀਆਂ ਕਿ ਅਸੀਂ ਆਹ ਕਰਤਾ ਅਤੇ ਉਹ ਕਰਤਾ ਉਹ ਕੁਝ ਵੀ ਨਹੀਂ ਆ ਉਹ ਤਾਂ ਆਪ ਹੀ ਆਪਣੇ ਹੱਥ ਵੱਢ ਕੇ ਦੇ ਗਏ ਉਹਨਾਂ ਦੇ ਵੇਲੇ ਹੀ ਹੋਇਆ ਨਾ ਇਹ ਸਾਰਾ ਖੇਡ ਅਤੇ ਹੁਣ ਤਾਂ ਸ਼ਾਇਦ ਇਸੇ ਕਰਕੇ ਉਹਨਾਂ ਕੋਲ ਇਹ ਰੂਰਲ ਡਿਵੈਲਪਮੈਂਟ ਦਾ ਮਹਿਕਮਾ ਖੋ ਕੇ ਉਹ ਲਾਲਜੀਤ ਸਿੰਘ ਭੁੱਲਰ ਹੋਣਾ ਨੂੰ ਦਿੱਤਾ ਹੈਗਾ ਇਸ ਮਸਲੇ ਦੇ ਵਿੱਚ ਹਲੇ ਲਾਲਜੀਤ ਭੁੱਲਰ ਹੋਣਾ ਦੀ ਕੋਈ ਸਟੇਟਮੈਂਟ ਨਹੀਂ ਆਈ ਉਹਨੇ ਇਹ ਵੀ ਨਹੀਂ ਕਿਹਾ ਕਿ ਮੈਂ ਜਾਂਚ ਕਰਵਾਊਂਗਾ ਉਹ ਤਾਂ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਸਕੱਤਰ ਦੇ ਆਦੇਸ਼ ਤੋਂ ਬਾਅਦ ਜਾਂਚ ਹੋਈ ਇਹਦਾ ਮਤਲਬ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਉਹ ਆਪਸ ਦੇ ਵਿੱਚ ਮਿਲੇ ਹੋਏ ਨੇ ਇੱਕ ਦੂਜੇ ਦਾ ਪੱਖ ਪੂਰੇ ਨੇ ਜੇ ਕਿਸੇ ਇੱਕ ਕੁਲੀਗ ਨੇ ਗਲਤੀ ਕੀਤੀ ਆ ਉਹਦੀ ਗਲਤੀ ਨੂੰ ਛੁਪਾਉਣ ਵਾਸਤੇ ਖੁਦ ਗਲਤੀ ਕਰਦੇ ਨੇ ਜਿਵੇਂ ਲਾਲਚੰਦ ਕਟਾਰੂ ਚੱਕ ਨੇ ਗਲਤੀ ਕੀਤੀ ਉਸ 'ਤੇ ਉਹਦੀ ਗਲਤੀ ਛੁਪਾਉਣ ਵਾਸਤੇ ਕੁਲਦੀਪ ਸਿੰਘ ਧਾਲੀਵਾਲਾ ਹੁਣ ਨੇ ਗਲਤੀ ਕਰਤੀ ਆ ਸਾਥੀ ਦੀ ਗਲਤੀ ਛੁਪਾਉਣ ਵਾਸਤੇ ਖੁਦ ਗਲਤੀ ਕਰ ਗਏ ਕੁਲਦੀਪ ਸਿੰਘ ਧਾਲੀਵਾਲ ਤੁਹਾਡੇ ਕੋਲ ਜੇ ਮੰਨ ਲਓ ਤਜਰਬਾ ਘੱਟ ਆ ਪਹਿਲੀ ਵਾਰ ਮੰਤਰੀ ਬਣੇ ਨੇ ਤੁਸੀਂ ਜਦੋਂ ਵੀ ਕੋਈ ਟਰਾਂਸਫਰ ਆਉਂਦੀ ਆ ਤੁਹਾਡੇ ਨਾਲ ਇੱਕ ਸਿਆਣੇ ਸਿਵਲ ਸਕੱਤਰੇਤ ਦੇ ਇੱਕ ਪ੍ਰਾਈਵੇਟ ਸੈਕਟਰੀ ਹੁੰਦੇ ਨੇ ਜਿਨ੍ਹਾਂ ਕੋਲ 20-22 ਸਾਲ ਦਾ ਤਜਰਬਾ ਹੁੰਦਾ ਜਿਨ੍ਹਾਂ ਨੇ ਕਈ ਮੰਤਰੀਆਂ ਨੇ ਕੰਮ ਕੀਤਾ ਹੈਗਾ ਉਹਨਾਂ ਨੂੰ ਸਾਰੇ ਰੂਲ ਅਸੂਲ ਦਾ ਪਤਾ ਹੁੰਦਾ
ਤੁਸੀਂ ਅਗਰ ਉਹਨਾਂ ਨੇ ਲਾਲਚੰਦ ਕਟਾਰੂ ਚੱਕ ਨੇ ਤੁਹਾਨੂੰ ਸਿਫਾਰਿਸ਼ ਕਰਤੀ, ਤੁਸੀਂ ਉੱਥੇ ਲਿਖ ਸਕਦੇ ਸੀ ਕਿ ਅਸੂਲਾਂ ਮੁਤਾਬਕ ਇਸ ਅਫਸਰ ਦੀ ਬਦਲੀ ਕੀਤੀ ਜਾਣੀ ਚਾਹੀਦੀ ਆ, ਅਤੇ ਤੁਸੀਂ ਸੁਰਖਰੂ ਹੋ ਸਕਦੇ, ਕਿਉਂਕਿ ਅਸੂਲ ਇਹ ਕਹਿੰਦੇ ਸੀ ਕਿ ਉਹ ADC ਨਹੀਂ ਲੱਗਦਾ, ਅਸੂਲ ਇਹ ਕਹਿੰਦੇ ਕਿ ਉਹ ਤਜਰਬਾ ਪੂਰਾ ਨਹੀਂ ਕਰਦਾ, ਅਸੂਲ ਇਹ ਕਹਿੰਦੇ ਸੀ ਕਿ ADC ਡਿਵੈਲਪਮੈਂਟ ਲੱਗਣ ਵਾਸਤੇ ਤੁਹਾਨੂੰ 7 ਸਾਲ ਦੀ ਬਤੌਰ ਡਿਪਟੀ ਡਾਇਰੈਕਟਰ ਸਰਵਿਸ ਚਾਹੀਦੀ ਹੈਗੀ ਹੈ, ਅਤੇ ਤੁਸੀਂ ਬਚ ਜਾਣੇ, ਤੁਸੀਂ ਖਾਮ ਖਾਂ ਕੁਲਦੀਪ ਸਿੰਘ ਧਾਲੀਵਾਲ ਹੁਣੀ ਇਸ ਮਸਲੇ ਦੇ ਵਿੱਚ ਬਦਨਾਮ ਹੋ ਗਏ ਜੀ। ਇੱਕ ਹੋਰ ਬੜਾ ਅਹਿਮ ਮਸਲਾ ਹੈ, ਉਹ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਆਪਾਂ ਲਗਾਤਾਰ ਇਸ ਦੇ ਉੱਤੇ ਕਵਰੇਜ ਕਰ ਰਹੇ ਹਾਂ, ਪਾਰਲੀਮੈਂਟ ਦੀਆਂ ਰਿਪੋਰਟਾਂ ਕੀ ਕਹਿੰਦੀਆਂ ਨੇ ਉਸਦਾ ਵੀ ਜ਼ਿਕਰ ਹੈ, ਕਿਸਾਨ ਹੌਲੀ ਹੌਲੀ ਜਿਹੜੀ ਪ੍ਰਧਾਨ ਮੰਤਰੀ ਨਿਧੀ ਯੋਜਨਾ ਉਸ ਤੋਂ ਵੀ ਬਾਹਰ ਹੋ ਗਏ, ਹੁਣ ਕਰਜ਼ੇ ਦੀ ਭੰਡ ਵੀ ਉਨੀ ਜ਼ਿਆਦਾ ਵਧੀ ਜਾ ਰਹੀ ਹੈ, ਭਾਰੀ ਹੁੰਦੀ ਜਾ ਰਹੀ ਹੈ, ਨਤੀਜਾ ਇਹ ਹੈ ਕਿ ਕਈ ਥਾਵਾਂ ਤੋਂ ਤਾਂ ਖੁਦਕੁਸ਼ੀਆਂ ਵਰਗੀਆਂ ਜਿਹੜੀਆਂ ਮਾੜੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ। ਬਿਲਕੁਲ ਸੰਦੀਪ, ਇਸ ਮਸਲੇ ਦੇ ਵਿੱਚ ਕਹਿ ਸਕਦੇ ਕਿ ਪੰਜਾਬ ਦਾ ਕਿਸਾਨ ਆ ਜੀ, ਜਿਹਨੇ ਹਰੀ ਕ੍ਰਾਂਤੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਜਦ ਵੀ ਹਰੀ ਕ੍ਰਾਂਤੀ ਦੀ ਗੱਲ ਹੁੰਦੀ ਆ ਜਾਂ ਖੇਤੀਬਾੜੀ ਯੂਨੀਵਰਸਿਟੀ ਜਾਂ ਪੰਜਾਬ ਦੇ ਕਿਸਾਨਾਂ ਨੂੰ ਲੋਕ ਸਿਜਦਾ ਕਰਦੇ ਨੇ ਨਾ, ਹੁਣ ਸਵਾਲ ਇਹ ਹੈ ਕਿ ਕਰਜ਼ਾ ਇੰਨਾ ਜ਼ਿਆਦਾ ਚੜ੍ਹ ਗਿਆ ਜਿਹੜਾ ਸਿਰਫ ਕੋਆਪਰੇਟਿਵ ਬੈਂਕ ਅਤੇ ਕਮਰਸ਼ੀਅਲ ਬੈਂਕ 73,673 ਕਰੋੜ ਰੁਪਈਆ ਕਿਸਾਨਾਂ ਦੇ ਕਰਜ਼ਾ, ਜੇ ਸ਼ਾਹੂਕਾਰਾਂ ਦਾ ਕਾਊਂਟ ਕਰ ਲਈਏ ਤਾਂ ਪੰਜਾਬ ਦੇ ਕਿਸਾਨਾਂ 'ਤੇ 1,00,000 ਕਰੋੜ ਦਾ ਕਰਜ਼ਾ ਅਤੇ 25 ਤੋਂ 30 ਲੱਖ ਕਿਸਾਨ ਨੇ ਪਰਿਵਾਰ, ਜੇ ਆਪਾਂ 1,00,000 ਕਰੋੜ ਨੂੰ ਇਹਨਾਂ ਕਿਸਾਨਾਂ ਦੇ ਨਾਲ ਡਿਵਾਈਡ ਕਰ ਦਈਏ ਤਾਂ ਹਰ ਕਿਸਾਨ ਦੇ ਉੱਪਰ 3 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ। ਮਤਲਬ ਜੇ ਕਿਸਾਨ ਦੇ ਘਰ ਕਿਸੇ ਦੇ ਘਰ ਅੱਜ ਧੀ ਪੁੱਤ ਜੰਮ ਗਿਆ, ਉਹਨੂੰ ਦਾਈ ਜਾਂ ਕੋਈ ਘਰ 'ਚ ਕੋਈ ਸਿਆਣਾ ਬੰਦਾ ਗੁੜਤੀ ਜਿਹੜੀ ਸ਼ਹਿਦ ਦੀ ਨਹੀਂ ਦਊਗਾ ਜਾਂ ਗੁੜਤੀ ਗੁੜ ਦੀ ਨਹੀਂ ਦਊਗਾ, ਉਹ ਕਹੂਗਾ ਲੈ ਵੀ ਪੁੱਤ ਤੂੰ ਤਾਂ ਅੱਖ ਪੁੱਟ ਲਈ ਹੈਗੀ ਆ, 3 ਲੱਖ ਰੁਪਈਆ ਹੁਣ ਮੈਂ ਤੈਨੂੰ ਪੰਡ ਦੋ ਤੁਰ ਦੇ ਕੇ ਤਾਂ ਮੈਂ ਤੁਰ ਜਾਣਾ ਹੈਗਾ। ਹੁਣ ਸਵਾਲ ਇਹ ਕਿ ਕਿਸਾਨੀ ਨੂੰ ਇਸ ਕਰਜ਼ ਜਾਲ 'ਚੋਂ ਕੱਢੇ ਕੌਣ? ਇੰਨਾ ਜ਼ਿਆਦਾ ਕਰਜ਼ਾ ਚੜ੍ਹਿਆ ਔਰ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਜਿਹੜਾ ਪਾਰਲੀਮੈਂਟ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਜਵਾਬ ਆਇਆ ਉਹਦੇ 'ਚ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਅਗਰ ਕਿ ਕਿਸਾਨਾਂ ਦੇ ਕਰਜ਼ਾ ਉਹ ਨੰਬਰ 1 'ਤੇ ਪੰਜਾਬ ਦੇ ਕਿਸਾਨਾਂ 'ਤੇ 3 ਲੱਖ ਔਸਤਨ ਕਰਜ਼ਾ, ਔਰ ਇਸੇ ਕਰਕੇ ਸਿਆਣੇ ਸੱਚ ਹੀ ਕਹਿ ਗਏ ਸੀ ਕਿ ਖੇਤੀ ਖਸਮਾ ਮੇਤੀ, ਜਾਂ ਅੰਗਰੇਜ਼ ਰਾਜ ਵੇਲੇ ਇੱਕ MDARLING ਹੁੰਦੇ ਸੀ ਆਫਿਸਰ ICS, ਉਹ ਬਠਿੰਡਾ ਫਿਰੋਜ਼ਪੁਰ ਦੇ ਵੀ DC ਵਗੈਰਾ ਰਹੇ ਨੇ, ਉਹਨਾਂ ਨੇ ਆਪਣੀ ਕਿਤਾਬ ਲਿਖੀ ਸੀ ਪੰਜਾਬ ਦੇ ਕਿਸਾਨ ਅਤੇ ਖੁਸ਼ਹਾਲ ਜੀਵਨ, ਉਹਨਾਂ ਦਿਨਾਂ ਦੇ ਵਿੱਚ ਵੀ ਕਿਸਾਨ ਹਾਲਾਤ ਮਾੜੇ ਸੀ, ਲੇਕਿਨ ਉਸ ਤੋਂ ਬਾਅਦ ਨਵੀਂ ਨਵੀਂ ਆਜ਼ਾਦੀ ਸੀ, ਬੜੀ ਡਿਵੈਲਪਮੈਂਟ ਤਰੱਕੀ ਹੋਈ ਆ, ਹੁਣ ਇਸ ਸਥਿਤੀ ਦੇ ਵਿੱਚ ਪੰਜਾਬ ਪਹੁੰਚਿਆ, ਲੇਕਿਨ ਪੰਜਾਬ ਫਿਰ ਕਰਜ਼ੇ ਦੇ ਵਿੱਚ ਫਸਿਆ ਆ। ਉਹਦੇ 'ਚ ਇਹ ਵੀ ਆ ਵੱਡੀ ਗੱਲ, ਇੱਕ ਤਾਂ ਖੇਤੀ ਲਾਗਤ ਮੁੱਲ ਸਹੀ ਨਹੀਂ ਮਿਲ ਰਿਹਾ, ਦੂਜਾ ਕਿਸਾਨਾਂ ਦੇ ਜਿਹੜੇ ਅੱਜ ਕੱਲ੍ਹ ਕਿਉਂਕਿ ਕੋਈ 2.5 ਕਿੱਲਾ 3 ਕਿੱਲਾ 4 ਕਿੱਲੇ ਨੇ, ਨਿਆਣੇ ਜਿੱਦ ਪਏ ਨੇ ਕਿ ਅਸੀਂ ਬਾਹਰ ਜਾਣਾ, ਪੰਜਾਬ 'ਚ ਕੁਝ ਰੱਖਿਆ ਨਹੀਂ ਗਿਆ, ਉਹ ਕਰਜ਼ਾ ਉਹ ਵੀ ਲੈ ਕੇ ਅਤੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ, ਦੂਜਾ ਕਿ ਹਰ 5-7 ਸਾਲ ਹੀ ਟਿਊਬਵੈੱਲ ਬੋਰ ਪਾਣੀ ਛੱਡ ਜਾਂਦੇ ਨੇ, ਉਸ 'ਤੇ ਖਰਚਾ ਆ ਜਾਂਦਾ ਹੈਗਾ, ਫਿਰ ਆਮ ਸਮਾਗਮਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਚੜ੍ਹ ਰਿਹਾ ਹੈਗਾ, ਜਿੱਥੇ ਪੰਜਾਬ ਦੇ ਕਿਸਾਨਾਂ ਦੀ ਮਾੜੀ ਤਸਵੀਰ ਨਾਲ ਖੇਤ ਮਜ਼ਦੂਰ ਦੋਨੇ ਹੀ ਆ, ਉਹ ਦੋਨਾਂ ਦੀ ਮਾੜੀ ਤਸਵੀਰ ਆ ਗਈ। ਔਰ ਦੂਜਾ ਇੱਕ ਹੋਰ ਪਾਲਿਸੀਆਂ ਇੱਦਾਂ ਦੀਆਂ, 19 ਮਹੀਨੇ ਹੋ ਗਏ ਸਰਕਾਰ ਨੂੰ, ਪਹਿਲਾਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਸੀ, ਅੱਜ ਕੱਲ੍ਹ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਆ, ਅਸੀਂ ਖੇਤੀਬਾੜੀ ਪਾਲਿਸੀ ਲੈ ਕੇ ਆ ਰਹੇ ਜੀ, ਅਸੀਂ ਖੇਤੀਬਾੜੀ ਪਾਲਿਸੀ ਲੈ ਕੇ ਆ ਰਹੇ, ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਉਹ ਪਾਲਿਸੀ 'ਚ ਹੈ ਕੀ ਜਿਹੜਾ ਕਰਜ਼ੇ ਵਿੱਚੋਂ ਬਾਹਰ ਲਿਆਏਗਾ ਕਿਸਾਨਾਂ ਨੂੰ। ਪਾਲਿਸੀ ਬਣੂਗੀ ਤਾਂ ਕੁਛ ਨਿਕਲੂਗਾ, ਹਾਲੇ ਤੱਕ ਪਾਲਿਸੀ ਨਹੀਂ ਬਣੀ, ਅਤੇ ਇਸ ਕਰਕੇ ਉਹ ਪਾਲਿਸੀਆਂ ਦੇ ਨਾਲ ਨਹੀਂ ਬਣ ਗੱਲ ਬਣਦੀ ਜਿੰਨਾ ਚਿਰ ਤੁਹਾਡੀ ਨੀਅਤ ਸਾਫ਼ ਨਹੀਂ ਹੈਗੀ। ਨੀਤੀਆਂ ਤਾਂ ਬਹੁਤ ਨੀਤੀਆਂ ਤਾਂ ਅੰਗਰੇਜ਼ ਰਾਜ ਤੋਂ ਹੀ ਚੱਲਦੀਆਂ ਆ ਰਹੀਆਂ, ਅਸੀਂ ਘੱਟੋ ਘੱਟ ਉਹਨੂੰ ਚੰਗੀ ਨੀਤੀ ਦੇ ਨਾਲ ਨੀਅਤ ਦੇ ਨਾਲ ਕਰ ਦਈਏ ਤਾਂ ਇੰਡੀਆ ਬਚ ਜੂਗਾ, ਪੰਜਾਬ ਬਚ ਜੂਗਾ। ਹੁਣ ਦੇਖੋ ਇਹ 3 ਲੱਖ ਪ੍ਰਤੀ ਕਿਸਾਨ 'ਤੇ ਕਰਜ਼ਾ ਔਸਤਨ, ਫਿਰ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ 'ਚੋਂ 15 ਲੱਖ ਕਿਸਾਨ ਬਾਹਰ ਕੱਢਤਾ, 6,000 ਰੁਪਈਆ ਸਾਲ ਦਾ ਉਹ ਗਿਆ, ਹੁਣ ਸਰਕਾਰ ਨੇ 64,000 ਦੇ ਕਰੀਬ ਪੈਨਸ਼ਨ ਕੱਟਤੀ ਹੈਗੀ ਕਿਸਾਨਾਂ ਦੀ, ਜਿਨ੍ਹਾਂ ਨੂੰ 1,500 ਰੁਪਈਆ ਮਹੀਨਾ ਮਿਲਦਾ, ਉਹ ਵੀ ਦੂਰੀ ਮਾਰ ਪੈ ਗਈ। ਪੰਜਾਬ ਦਾ ਕਿਸਾਨ ਕਰੇ ਕੀ ਅਤੇ ਨਾ ਕਰੇ ਕੀ? ਹੁਣ ਇਸ ਮਸਲੇ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਹਿਬ ਸੀ, ਉਹਨਾਂ ਨੇ ਬੜੀ ਵਾਰ ਚਿੱਠੀਆਂ ਲਿਖੀਆਂ ਸੈਂਟਰ ਸਰਕਾਰ ਨੂੰ, ਪ੍ਰਧਾਨ ਮੰਤਰੀ ਜਾ ਕੇ ਮਿਲਦੇ ਰਹੇ ਕਿ ਜਿਵੇਂ ਸਰਕਾਰ ਦਾ ਮੇਨ ਬਜਟ ਆ, ਜਿਵੇਂ ਰੇਲਵੇ ਬਜਟ ਆ, ਹੁਣ ਤਾਂ ਚਲੋ ਮੋਦੀ ਸਾਹਿਬ ਆਏ ਉਹਨਾਂ ਰੇਲਵੇ ਬਜਟ ਹੀ ਬੰਦ ਕਰ ਦਿੱਤਾ ਹੈਗਾ, ਉਹਨੂੰ ਬੜੀ ਵਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਖੇਤੀ ਵਾਸਤੇ ਇੱਕ ਵੱਖਰਾ ਬਜਟ ਹੋਣਾ ਚਾਹੀਦਾ, ਪਰ ਕਿਉਂ ਪਾਰਲੀਮੈਂਟ ਦੇ ਵਿੱਚ ਅਸੈਂਬਲੀਆਂ ਦੇ ਵਿੱਚ ਸਭ ਤੋਂ ਵੱਧ ਕੌਣ ਨੇ MLA ਅਤੇ MP ਜਿਨ੍ਹਾਂ ਦਾ ਖੇਤੀ ਆ ਕਿਸਾਨੀ ਕਿੱਤਾ ਵਾ, ਲੇਕਿਨ ਪਿਓ ਦੇ ਪੁੱਤ MLA ਬਣ ਜਾਂਦੇ, ਮੰਤਰੀ ਬਣ ਜਾਂਦੇ, ਕੋਈ ਜਾ ਕੇ ਕਿਸਾਨੀ ਦੀ ਗੱਲ ਨਹੀਂ ਕਰਦਾ ਹੈਗਾ, ਨਾ ਕੋਈ ਖੇਤ ਮਜ਼ਦੂਰਾਂ ਦੀ ਗੱਲ ਕਰਦਾ, ਉਦੋਂ ਗੱਲ ਕਿਹਦੀ ਹੁੰਦੀ ਆ? ਵਪਾਰੀਆਂ ਦੀ,
ਬਿਜ਼ਨਸਮੈਨ ਦੀ, ਕਾਰੋਬਾਰੀਆਂ ਦੀ। ਇਸੇ ਕਰਕੇ ਪੰਜਾਬ ਦਾ ਛੱਡੋ, ਹਰ ਆਂਧਰਾ ਦਾ, ਤੇਲੰਗਾਨਾ ਦਾ, ਤਾਮਿਲਨਾਡੂ ਦਾ, ਮਹਾਰਾਸ਼ਟਰ ਦਾ, ਹਰਿਆਣੇ ਦਾ, ਸਾਰੇ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਉਹ ਇੰਨੀ ਜ਼ਿਆਦਾ ਮਾੜੀ ਆ। ਇਸੇ ਕਰਕੇ ਤੁਸੀਂ ਚਾਹੇ ਪੰਜਾਬ ਦਾ ਕਿਸਾਨ ਲੈ ਲਓ, ਚਾਹੇ ਮਹਾਰਾਸ਼ਟਰ ਦੇ ਵਿਦਰਭ ਦਾ ਲੈ ਲਓ, ਜਾਂ ਤਾਮਿਲਨਾਡੂ ਦਾ ਲੈ ਲਓ, ਜਾਂ ਤੇਲੰਗਾਨਾ ਦਾ ਲੈ ਲਓ, ਜਾਂ ਆਂਧਰਾ ਦਾ ਲੈ ਲਓ, ਸੁਸਾਈਡ ਕਰ ਰਹੇ ਨੇ। ਕਿਤੇ ਸੁਸਾਈਡ ਹੋ ਰਹੀ ਆ ਉਹ ਛੱਪ ਜਾਂਦੀਆਂ ਨੇ, ਅਤੇ ਕਿਤੇ ਸਰਕਾਰਾਂ ਪਰਦਾ ਪਾ ਦਿੰਦੀਆਂ ਨੇ। ਇਹ ਪੰਜਾਬ ਦੇ ਨਹੀਂ, ਦੇਸ਼ ਦੇ ਕਿਸਾਨ ਦੀ ਤਸਵੀਰ। ਉਹ ਤਾਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਪਤਾ ਨਹੀਂ ਕਿਹੜੀ ਜਜ਼ਬਾਤਾਂ ਦੇ ਨਾਲ ਕਹਿ ਗਏ ਜੈ ਜਵਾਨ ਜੈ ਕਿਸਾਨ। ਅੱਜ ਦੇਖ ਲਓ ਦੇਸ਼ ਦੇ ਵਿੱਚ ਨਾ ਜੈ ਜਵਾਨ ਆ ਨਾ ਜੈ ਕਿਸਾਨ ਆ। ਅਸੀਂ ਤਾਂ ਹੁਣ ਆਰਮੀ ਦੇ ਵੀ 4-4 ਸਾਲ ਵਾਸਤੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਅਗਨੀਵੀਰ। ਉਹਨਾਂ ਨੂੰ ਕੀ ਪਤਾ ਲਾਲ ਬਹਾਦਰ ਸ਼ਾਹਿਬ ਨੂੰ ਕਿ ਮੇਰਾ ਜਿਹੜਾ ਨਾਰਾ ਵਾ ਕਿੰਨਾ ਫੋਕਾ ਪੈ ਜਾਣਾ ਹੈਗਾ, ਵੀ ਦੇਸ਼ ਦਾ ਜਵਾਨ ਸਰਹੱਦਾਂ 'ਤੇ ਸ਼ਹੀਦ ਹੋ ਰਿਹਾ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਇਹਨਾਂ ਕਿਸਾਨਾਂ ਦੇ ਮੁੰਡੇ ਸਰਹੱਦਾਂ 'ਤੇ ਆ ਗਏ ਨੇ, ਕੋਈ ਧਿਆਨ ਨਹੀਂ ਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਇੰਨੇ ਮਹੀਨੇ ਉੱਥੇ ਕਿਸਾਨ ਵੀ ਬਾਰਡਰਾਂ 'ਤੇ ਬੈਠੇ ਦਿੱਲੀ ਦੀਆਂ ਬਰੂਹਾਂ 'ਤੇ, ਉਦੋਂ ਇੱਕ ਮੰਗ ਇਹ ਵੀ ਸੀ ਕਿ MSP ਦੀ ਕਾਨੂੰਨੀ ਗਰੰਟੀ ਹੋਵੇ, ਕਈ ਮਸਲੇ ਹੱਲ ਹੋ ਜਾਣਗੇ, ਫਿਰ ਭਾਵੇਂ ਪ੍ਰਾਈਵੇਟ ਮੰਡੀ ਹੋਵੇ ਅਤੇ ਸਰਕਾਰੀ, ਜਦੋਂ MSP ਦੀ ਗਰੰਟੀ ਹੈ ਸਰਕਾਰੀ, ਫਿਰ ਸਾਰਾ ਕੁਝ ਠੀਕ ਹੋ ਜਾਣਾ। ਪਰ ਉਹ ਸਰਕਾਰ ਦੀ ਕੰਨ 'ਤੇ ਜੂੰ ਹੀ ਨਹੀਂ ਸਰਕੀ, ਉਹ ਕਮੇਟੀ ਬਣਾਉਣ ਦੇ ਨਾਂ ਦੇ ਉੱਤੇ ਵਿੱਚ ਹੀ ਮਸਲਾ ਲਟਕਾ ਕੇ ਰੱਖ ਦਿੱਤਾ। ਦੇਖੋ, ਸਭ ਤੋਂ ਵੱਡੀ ਗੱਲ, 10 ਸਾਲ ਡਾਕਟਰ ਮਨਮੋਹਨ ਸਿੰਘ ਰਹੇ ਨੇ ਨਾ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਉਹਨਾਂ ਨੇ 10 ਸਾਲ ਉਸ ਸਰਕਾਰ ਨੇ ਦੱਬ ਛੱਡੀ ਫਾਈਲਾਂ 'ਚ। ਉਦੋਂ BJP ਇੰਨੀਆਂ ਚਾਂਗਰਾਂ ਮਾਰੀਆਂ ਨੇ ਨਾ, ਇੰਨਾ ਰੌਲਾ ਪਾਇਆ BJP ਨੇ, ਜਿਹੜੇ ਹਰਿਆਣੇ ਤੋਂ OP ਦਨਖੜ ਨੇ, ਇਹਨਾਂ ਨੇ ਹਰਿਆਣੇ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਨੰਗੇ ਧੜਪੜ ਬੜੇ ਪ੍ਰੋਟੈਸਟ ਕਰਦੇ। 2014 'ਚ ਇਹਨਾਂ ਦੀ ਸਰਕਾਰ ਬਣ ਗਈ, ਇਹਨਾਂ ਨੇ ਹੱਥ ਖੜ੍ਹੇ ਕਰ ਦਿੱਤੇ ਕਿ ਜੇ ਕਿਸਾਨ MSP ਲਾਗੂ ਕਰ ਦਿੱਤੇ ਹਿੰਦੁਸਤਾਨ ਦਾ ਵਾਜਾ ਵੱਜ ਜੂਗਾ। ਪਰ 2014 ਤੋਂ ਲੈ ਕੇ ਹੁਣ ਤੱਕ ਕਹਿੰਦੇ ਨੇ ਕੋਈ 10 ਲੱਖ ਕਰੋੜ ਦੇ ਕਰੀਬ ਕਾਰੋਬਾਰੀਆਂ ਦੇ ਕਰਜ਼ੇ ਮਾਫ਼ ਕਰ ਦਿੱਤੇ ਗਏ ਨੇ। ਜਿਹੜੇ ਦੇ ਵਪਾਰੀ ਨੇ ਉਹ ਇੰਡਸਟਰੀ ਲਾਉਂਦੇ ਨੇ, ਇੰਡਸਟਰੀ ਸਿੱਕ ਡਿਕਲੇਅਰ ਕਰਕੇ ਕਰੋੜਾਂ ਰੁਪਏ ਦੇ ਮੁਨਾਫੇ ਲੈ ਜਾਂਦੇ ਨੇ, ਅਤੇ ਜੇ ਕਿਸਾਨਾਂ ਨਾਲ ਕਰਜ਼ਾ ਮਾਰਨਾ ਹੋਵੇ ਤਾਂ ਕਹਿੰਦੇ ਕਿ ਨਹੀਂ, ਹਿੰਦੁਸਤਾਨ ਤਬਾਹ ਹੋ ਜੂਗਾ। ਡਾਕਟਰ ਮਨਮੋਹਨ ਸਿੰਘ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ 70,000 ਕਰੋੜ ਦੇ ਕਰੀਬ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ ਸੀ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਵੀ 4,600 ਕਰੋੜ ਦਾ ਕੀਤਾ, ਲੇਕਿਨ ਕਰਜ਼ਾ ਹੈ ਹੀ ਇੰਨਾ। ਹੁਣ ਸਵਾਲ ਇਹ ਹੈ ਕਿ ਜਿਹੜੇ ਅਗਰ MSP ਦੀ ਲਾਗੂ ਹੋ ਜਾਂਦੀ ਤਾਂ ਵਾਕਈ ਵਧੀਆ ਗੱਲ, ਪਰ ਫਿਰ ਕਿਉਂਕਿ ਇਹਨਾਂ ਨੂੰ ਵੀ MSP ਹੁਣ ਤਾਂ ਹੀ ਦੇ ਰਹੇ ਨੇ ਬੇਸਿਕਲੀ, ਇਹ ਤਾਂ ਬੰਦ ਬੜੇ ਚਿਰ ਦੀ ਕਰ ਦੇਣ। ਜਿਹੜੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਸ਼ਾਂਤਾ ਕੁਮਾਰ, ਉਹਨਾਂ ਦੀ ਅਗਵਾਈ 'ਚ ਇੱਕ ਮੀਟਿੰਗ ਕਮੇਟੀ ਬਣੀ ਸੀ ਕਿ MSP ਬੰਦ ਕਰ ਦੇਣੀ ਚਾਹੀਦੀ ਜਾਂ ਮੰਡੀਕਰਨ ਸਿਸਟਮ, ਉਹ ਸਾਰਾ ਇਹ ਜਿਹੜਾ 15 ਮਹੀਨੇ ਕਿਸਾਨਾਂ ਨੂੰ ਅੰਦੋਲਨ ਕਰਨੇ ਉਹ ਇੱਕ ਵਜ੍ਹਾ ਸੀ। ਹੁਣ ਹੈ ਕਿ ਜੇ MSP ਲਾਗੂ ਹੋ ਜਾਂਦੇ, ਇਹਦੇ ਸ਼ੁਕਰ ਆ ਪੰਜਾਬ ਅਤੇ ਹਰਿਆਣਾ ਇੱਕ ਅਜਿਹੇ ਸੂਬੇ ਨੇ ਦਿੱਤੇ ਕਿਸਾਨ ਜਥੇਬੰਦੀਆਂ ਮਜ਼ਬੂਤ ਹੈ, ਇਹਨਾਂ ਨੂੰ ਕਣਕ ਝੋਨਾ MSP 'ਤੇ ਮਿਲਦਾ। UP ਬਿਹਾਰ ਉੜੀਸਾ ਦੇਖ ਲਓ, ਉੱਥੇ ਵੀ ਕਣਕ ਉਹੀ ਝੋਨਾ ਵਾ, ਲੇਕਿਨ ਉੱਥੇ 1,000 ਰੁਪਈਏ, 1,100 ਰੁਪਈਏ, 1,200 ਰੁਪਈਏ, 900 ਰੁਪਈਏ, 800 ਰੁਪਈਏ ਹੈਗੇ ਨੇ। ਜਿੱਦਣ ਕਿਸਾਨ ਨੂੰ MSP ਪੂਰੀ ਮਿਲ, ਫਿਰ ਕਿਸਾਨ ਟੈਕਸ ਦੇਣ ਨੂੰ ਵੀ ਤਿਆਰ ਹੋ ਜੂਗਾ, ਹਾਲਾਂਕਿ ਖੇਤੀਬਾੜੀ 'ਤੇ ਟੈਕਸ ਨੇ। ਪਰ ਜਿੱਦਣ ਇਹਨਾਂ ਨੂੰ ਕਹਿੰਦੇ ਉਹ, ਤਾਂ ਕਿਸਾਨ ਕਹਿੰਦੇ ਨੇ ਕਿ ਸਾਨੂੰ ਦਾਮ ਪੂਰੇ ਦੇ ਦਿਉ, ਜਿੰਨੀ ਸਾਡੀ ਲਾਗਤ ਆ, ਜਿੰਨੇ ਸਾਡਾ ਮੁੱਲ ਆ ਉਹ ਦੇ ਦਿਉ, ਸਾਡੇ ਕੋਲ ਟੈਕਸ ਲੈ ਲਓ। ਪਰ MSP ਲਾਗੂ ਹੋ ਨਹੀਂ ਦੇ ਰਹੇ। ਉਹ ਸਵਾਲ ਤਾਂ ਇਹੀ ਹੈ ਨਾ ਕਿ ਇੱਥੇ 2 ਰੁਪਈਏ ਕਿਲੋ ਆਲੂ ਆ, ਅਤੇ 50 ਰੁਪਈਏ ਦਾ ਉਹਦਾ ਪੈਕਟ ਵਿਕ ਜਾਂਦਾ ਹੈਗਾ ਚਿਪਸ ਦਾ, ਅਤੇ ਜੇ ਕੋਈ ਵੱਡੀ ਪ੍ਰਿੰਗਲ ਦਾ ਲੈਣ, ਉਹ 150 ਰੁਪਏ ਦੀ ਬੋਤਲ ਜੀ ਮਿਲਦੀ ਹੈਗੀ ਆ, ਠੀਕ ਆ। ਕਿਸਾਨਾਂ ਦੇ ਕੁਛ ਨਹੀਂ ਆ, ਵਪਾਰੀਆਂ ਨੂੰ ਮੌਜਾਂ ਲੱਗੀਆਂ, ਟਮਾਟਰਾਂ ਦਾ 250 ਰੁਪਈਏ, 300 ਰੁਪਈਏ ਕਿਲੋ ਨਾ। ਇਹ ਜਦੋਂ ਦੇਸ਼ ਦੇ ਵਿੱਚ ਕਾਲਾ ਬਜ਼ਾਰੀ ਹੁੰਦੀ ਹੈ, ਕਿਸਾਨ ਆ ਸਾਰਾ ਕੁਛ ਆ, ਆਟੇ ਤੋਂ ਕਿੰਨਾ ਕੁਛ ਬ੍ਰੈਡ ਬਣ ਜਾ, ਆਪਣੀ ਕੀ ਉਹ ਕਣਕ ਤੋਂ ਬਣ ਜਾਂਦਾ, ਲੇਕਿਨ ਕਿਸਾਨਾਂ ਦੇ ਨਾਲ ਲੁੱਟ ਹੈ। ਕਿਉਂਕਿ ਮਤਲਬ ਇਹ ਆ ਕਿ ਦੇਸ਼ ਦੀਆਂ ਸਰਕਾਰਾਂ ਦੀ ਜਾਂ ਸੂਬਾ ਸਰਕਾਰਾਂ ਦੀ ਕਿਸਾਨੀ ਨੂੰ ਲੈ ਕੇ ਕਦੀ ਵੀ ਸੱਚੇ ਮਨ ਦੇ ਨਾਲ ਚੰਗੀ ਪਾਲਿਸੀ ਨਹੀਂ ਬਣੀ ਹੈਗੀ ਜੀ। ਇੱਕ ਹੋਰ ਬੜੀ ਤ੍ਰਾਸਦੀ ਹੈ, ਜਿੱਥੇ ਕਿਸਾਨ ਤਾਂ ਕਰਜ਼ੇ ਦੀ ਪੰਡ ਥੱਲੇ ਦੱਬਿਆ ਹੀ ਪਿਆ, ਇੱਕ ਨੌਜਵਾਨੀ ਬੜੀ ਜ਼ਿਆਦਾ ਬਰਬਾਦ ਹੋ ਰਹੀ ਹੈ ਨਸ਼ਿਆਂ ਦੇ ਕਰਕੇ। ਲਗਾਤਾਰ ਕਈ ਘਟਨਾਵਾਂ ਆ ਗਈਆਂ, ਇੱਥੋਂ ਤੱਕ ਕਿ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹੋ ਗਏ, ਉਹ ਤਾਂ ਭਰੀ ਸੱਥ ਦੇ ਵਿੱਚ ਮਾਰਨ ਲੱਗ ਗਏ ਬੰਦੇ। ਇਸੇ ਤਰ੍ਹਾਂ ਹੁਣ ਲੰਬੀ ਤੋਂ ਇੱਕ ਮਸਲਾ ਆਇਆ, ਮਾਂ ਕੁਰਲਾ ਰਹੀ ਹੈ ਕਿ ਉਸਦੇ ਪੁੱਤਰ ਉਸ ਨਸ਼ਿਆਂ ਦੇ ਦਰਿਆ ਦੇ ਵਿੱਚ ਗੰਦੇ ਨਾਲੇ 'ਚ ਰੁੜਦੇ ਗਏ, ਔਰ ਪਰਿਵਾਰ ਕੋਲ ਬਚਿਆ ਕੀ ਹੈ, ਜਿਉਣ ਲਈ ਕੋਈ ਮਕਸਦ ਹੀ ਨਹੀਂ ਬਚਿਆ। ਉਹ ਸਭ ਤੋਂ ਵੱਡੀ ਗੱਲ, ਲੰਬੀ ਜਦੋਂ ਸੁਣ ਕੇ ਨਾ ਮੈਨੂੰ ਆਪ ਹੈਰਾਨੀ ਹੋਈ ਕਿ ਲੰਬੀ ਤੋਂ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣੀ 5 ਵਾਰ ਮੁੱਖ ਮੰਤਰੀ ਰਹੇ ਹੈਗੇ, ਅਗਰ ਲੰਬੀ ਦੇ ਵਿੱਚ ਨਸ਼ਾ ਆ ਨਾ, ਇਟ ਮੀਨ ਕਿ ਬਾਦਲ ਸਾਹਿਬ ਵੀ ਧਿਆਨ ਨਹੀਂ ਦੇ ਪਾਏ, ਜਾਂ ਹੁਣ ਵੀ ਬਾਦਲ ਪਰਿਵਾਰ ਉੱਥੇ ਧਿਆਨ ਨਹੀਂ ਦੇ ਪਾ ਰਿਹਾ। ਲੰਬੀ ਦੇ ਵਿੱਚ ਨਸ਼ਾ, ਇਹ ਗੱਲ ਬਹੁਤ ਵੱਡੀ ਹੈ ਕਿ ਘੱਟੋ ਘੱਟ ਜਿੱਥੇ ਮੁੱਖ ਮੰਤਰੀਆਂ ਦੇ ਹਲਕਾ ਹੋਵੇ, ਜਿਵੇਂ ਮੰਨ ਲਓ ਜਿੱਦਣ ਸਤੌਜ ਤੋਂ ਕੋਈ ਨਸ਼ੇ ਤੋਂ ਮੁੰਡੇ ਦੀ ਮੌਤ ਹੋ ਗਈ ਨਾ, ਅਤੇ ਭਗਵੰਤ ਮਾਨ ਸਾਹਿਬ ਦੋਸ਼ੀ ਨੇ। ਆਪਾਂ 117 ਹਲਕੇ ਪੰਜਾਬ 'ਚ, 116 ਹਲਕੇ ਆਪਾਂ ਕਹਿੰਦੇ ਖਸਮਾਂ ਨੂੰ ਖਾਵੇ,
ਉੱਥੋਂ ਦੇ ਐਮ ਐਲ ਏ ਨਹੀਂ ਕੰਮ ਕਰਨਾ ਚਾਹੁੰਦੇ ਜਾਂ ਮੰਤਰੀ ਨਹੀਂ ਕੰਮ ਕਰਨਾ ਦੇ, ਪਰ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਜੇ ਨਸ਼ਾ ਵਿਕਦਾ ਨਾ, ਜੇ ਲੰਬੀ ਦੇ ਵਿੱਚ ਵਿਕਦਾ ਨਾ, ਬਾਦਲ ਸਾਹਿਬ ਵੀ ਦੋਸ਼ੀ ਅਤੇ ਹੁਣ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਵੀ ਦੋਸ਼ੀ, ਜਿੱਦਣ ਸਤੌਜ ਤੋਂ ਇੱਕ ਵੀ ਮੌਤ ਹੋ ਗਈ ਨਸ਼ਿਆਂ ਦੇ ਨਾਲ, ਉੱਦਣ ਭਗਵੰਤ ਮਾਨ ਸਾਹਿਬ ਦੋਸ਼ੀ ਹੋਣਗੇ। ਅੱਜ ਤਾਂ ਬਾਦਲ ਸਾਹਿਬ ਇਹ ਕਹਿ ਰਹੇ ਆ ਉਸੇ ਖਬਰ ਨੂੰ ਟਵੀਟ ਕਰਦੇ ਹੋਏ ਆ, ਕਹਿੰਦੇ ਮੇਰੀ ਨਹੀਂ ਸੁਣਨੀ, ਘੱਟੋ ਘੱਟ ਇਸ ਪਰਿਵਾਰ ਦੀ ਸੁਣ ਲਓ। ਮੁੱਖ ਮੰਤਰੀ ਨੂੰ ਅਟੈਕ ਕਰ ਰਹੇ ਆ ਨਾਲ ਸੁਖਬੀਰ ਸਿੰਘ ਬਾਦਲ। ਨਹੀਂ ਹੁਣ ਕਈ ਜਾਣ, ਨਸ਼ਾ 19 ਮਹੀਨਿਆਂ 'ਚ ਤਾਂ ਆਇਆ ਨਹੀਂ ਹੈਗਾ, ਹੈ ਨਾ, ਪਰ ਜਿਹੜੀ ਮਾਂ ਦੀ ਕੁੱਖ ਉਜੜ ਗਈ ਆ, ਉਹਦੇ ਮਾਂ ਦੀ ਦੇਖੋ, ਵਿਚਾਰੀ ਚਰਨਜੀਤ ਕੌਰ ਦੇ 3 ਪੁੱਤ ਸੀ, ਇੱਕ ਦੀ ਉਮਰ 21 ਸਾਲ, ਇੱਕ ਦੀ 19 ਸਾਲ, ਇੱਕ ਦੀ 17 ਸਾਲ, 34 ਮਹੀਨੇ ਦੇ ਵਿੱਚ 21 ਸਾਲ ਵਾਲਾ ਮੁੰਡਾ ਮਰ ਗਿਆ, ਕੱਲ੍ਹ 19 ਸਾਲ ਵਾਲਾ ਮੁੰਡਾ ਮਰ ਗਿਆ, ਜਿਹੜਾ ਤੀਜਾ ਵਾ ਉਹ ਵੀ ਟੀਕੇ ਲਾ ਰਿਹਾ ਹੈਗਾ। ਉਹ ਕਹਿੰਦੀ ਮੇਰੀ ਕੁੱਖ ਸੁੰਨੀ ਹੋਣ ਤੋਂ ਬਚਾ ਲਓ। ਉਹ ਚਾਹੇ ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ, ਚਾਹੇ ਭਗਵੰਤ ਮਾਨ, ਜਿੰਨੇ ਵੀ ਲੀਡਰ, ਜਿੰਨਾ ਵੀ ਪੁਲਿਸ ਸਿਸਟਮ ਜਾਂ ਸਰਕਾਰੀ ਸਿਸਟਮ, ਉਹ ਤਾਂ ਤਰਲੇ ਪਾ ਰਹੀ ਆ, ਮਿਹਨਤਾਂ ਕਰ ਰਹੀ, ਹੱਥ ਜੋੜ ਕਰ ਰਹੀ ਆ, ਉਹ ਤਾਂ ਝੋਲੀ ਅੱਡ ਰਹੀ ਹੈ ਨਾ, ਵੀ ਮੇਰੇ 2 ਮਾਰੇ ਗਏ ਨੇ, ਤੁਸੀਂ 2 ਮੇਰੇ ਮਾਰ ਦਿੱਤੇ ਹੈਗੇ ਨੇ। ਨਸ਼ੇ ਦੇ ਤਸਕਰਾਂ ਦੇ ਵਿੱਚ ਜੇ ਨਸ਼ਾ ਨਹੀਂ ਪੰਜਾਬ 'ਚ ਬੰਦ ਹੋਇਆ, ਮੈਂ ਤਾਂ ਕਹੂੰਗਾ ਨਸ਼ੇ ਦੇ ਤਸਕਰ ਵੀ ਜ਼ਿੰਮੇਵਾਰ ਤਾਂ ਹੈ ਹੀ ਹੈ, ਪੋਲੀਟੀਕਲ ਲੋਕ ਵੀ ਜ਼ਿੰਮੇਵਾਰ ਅਤੇ ਪੁਲਿਸ ਵੀ ਜ਼ਿੰਮੇਵਾਰ। ਉਹ ਤਾਂ ਤਰਲੇ ਸਾਰੇ ਅੱਗੇ ਕਹਿ ਰਹੀ ਹੈ, ਝੋਲੀਆਂ ਅੱਡ ਰਹੀਆਂ, ਕਿ ਮੇਰੀ ਆ ਜਿਹੜੀ ਕੁੱਖ ਭਰੀ ਹੈ, ਰੱਬ ਨੇ ਸੁਨੱਖੀ ਕੁੱਖ ਸੀ ਕਿ ਇੱਕ ਮਾਂ ਦੀ ਕੁੱਖੋਂ 3 ਨਿਆਣੇ ਪੈਦਾ ਹੋਏ, 3 ਮੁੰਡੇ, 3 ਨਸ਼ਿਆਂ ਨਾਲ ਲੱਗ ਗਏ। ਉਹ ਕਹਿੰਦੀ ਮੇਰੇ ਤਾਂ ਇੱਕ ਤਾਂ ਬਚਾ ਲਓ, ਔਰ ਇੱਕ ਹੋਰ ਆ ਉਹਦਾ ਦੇਰ ਦਾ ਜਿਹੜਾ ਮੁੰਡਾ ਵਾ, ਉਹਦਾ ਉਹਨੂੰ ਵੀ ਉਹਦੇ ਪਿਓ ਨੇ 10,000 ਰੁਪਈਆ ਇੱਕ ਨਸ਼ਾ ਛਡਾਊ ਕੇਂਦਰ 'ਤੇ ਲਾਇਆ ਹੈਗਾ। ਇਸ ਚਰਨਜੀਤ ਕੌਰ ਦਾ ਘਰ ਵਾਲਾ ਮਰ ਗਿਆ, ਪਹਿਲਾਂ ਉਹਨੂੰ ਹਾਰਟ ਅਟੈਕ ਹੋ ਗਿਆ ਸੀ, ਅਤੇ ਇਹ ਤਾਂ ਆਪਾਂ ਜੇ ਲੰਬੀ ਦੇ ਹਲਕੇ ਦੀ, ਮੈਂ ਨਾਂ ਭੁੱਲ ਗਿਆ ਉਸ ਪਿੰਡ ਦਾ, ਉਹਦੀ ਗੱਲ ਕਰ ਰਿਹਾ, ਇਹ ਤਾਂ ਹਰ ਪੰਜਾਬ ਦੇ ਵਿੱਚ ਆ। ਅਤੇ ਫਿਰ ਹੁਣ ਅੱਜ ਮੈਂ ਸੋਚ ਰਿਹਾ ਕਿ ਇਸ ਮਸਲੇ ਦੇ ਵਿੱਚ ਬਠਿੰਡਾ ਰੇਂਜ ਦੇ ਜਿਹੜੇ ADGP ਸਾਹਿਬ ਆ, ਜਿਹੜੇ ਪਰਮਿੰਦਰ ਸਿੰਘ ਝੋਟਾ ਤੋਂ ਬੜੇ ਖਫਾ ਹੋ ਗਏ ਸੀ, SPS ਪਰਮਾਰ ਸਾਹਿਬ, ਉਹ ਨਹੀਂ ਬੋਲੇ ਹੈਗੇ ਇਸ ਮਸਲੇ ਦੇ ਵਿੱਚ। ਘੱਟੋ ਘੱਟ ਉਹਨਾਂ ਨੂੰ ਤਾਂ ਬੋਲਣਾ ਚਾਹੀਦਾ ਸੀ ਨਾ, ਪਰਮਿੰਦਰ ਸਿੰਘ ਝੋਟਾ ਨੂੰ ਲੈ ਕੇ, ਅਤੇ ਚੰਡੀਗੜ੍ਹ ਤੋਂ ਲੈ ਕੇ ਮਾਨਸਾ, ਅਤੇ ਮਾਨਸਾ ਤੋਂ ਬਠਿੰਡਾ ਲੈ ਕੇ ਪੁਲਿਸ ਨੂੰ ਬੜਾ ਮਿਰਚਾਂ ਲੱਗੀਆਂ ਸੀ ਕਿ ਪਰਮਿੰਦਰ ਸਿੰਘ ਝੋਟਾ ਕੌਣ ਹੁੰਦਾ, ਹੈ ਲੋਕਾਂ ਨੂੰ ਜਲੀਲ ਕਰਨਾ ਪੈਣਾ, ਕਿਉਂਕਿ ਤੁਸੀਂ ਕੁਛ ਕਰਨਾ ਨਹੀਂ, ਪੁਲਿਸ ਨੇ ਤੁਹਾਡੇ 'ਤੇ ਮਲੇਰਕੋਟਲਾ ਪਤਾ ਹੀ ਨਾ, ਟੱਲੀ ਹੋਏ ਫਿਰਦੇ ਨਸ਼ੇ ਦੇ ਨਾਲ, ਤਸਕਰਾਂ ਨਾਲ ਮਿਲੇ ਹੋਏ, ਭੱਜਦੇ ਫਿਰਦੇ, ਕੰਧਾਂ 'ਚ ਵੱਜਦੇ ਫਿਰਦੇ, ਤੁਹਾਡੀ ਤਾਂ ਸਾਰੀ ਪੁਲਿਸ ਦਾ ਇਹੀ ਹਾਲ ਆ ਨਾ। ਅਤੇ ਇਸ ਕਰਕੇ ਉਹ ਮਾਤਾ ਚਰਨ ਜੋ ਜਿਹੜੀ ਚਰਨਜੀਤ ਕੌਰ ਆ, ਜਿਹਦੀ ਵਿਚਾਰੀ 2 ਮੁੰਡੇ ਮਰ ਗਏ ਨੇ, ਘਰ ਵਾਲਾ ਪਹਿਲਾਂ ਨਹੀਂ, ਵਿਧਵਾ ਵਿਚਾਰੀ, ਉਹ 3 ਮੁੰਡੇ ਵਾਸਤੇ ਤਰਲੇ ਕਰਦੀ ਹੈਗੀ ਹੈ। ਅਤੇ ਇਸ ਕਰਕੇ ਪੰਜਾਬ ਦੀਆਂ ਤਮਾਮ ਪਾਰਟੀਆਂ, ਪੰਜਾਬ ਦੇ ਸਾਰੇ ਪੁਲਿਸ ਵਾਲੇ, ਤਸਕਰਾਂ ਨੂੰ ਛੱਡੋ, ਮਾਰੋ ਗੋਲੀ ਤਸਕਰਾਂ ਨੂੰ, ਜਿੰਨੇ ਜਿਹੜੇ ਹੈ ਹੀ ਗੈਰ ਸਮਾਜਿਕ ਅੰਸਰ, ਐਂਟੀ ਸੋਸ਼ਲ, ਆਪਾਂ ਉਹਨਾਂ ਨੂੰ ਕੀ ਕਹਿਣਾ, ਪਰ ਜ਼ਿੰਮੇਵਾਰੀ ਕਿਹਦੀ ਹੈ, ਪੁਲਿਸ ਦੀ ਅਤੇ ਸਰਕਾਰ ਦੀ। ਆਪਾਂ ਤਾਂ ਹੀ ਪੁਲਿਸ ਨੂੰ ਕਹਦੇ 80,000 ਨਫਰੀ ਆ ਪੰਜਾਬ ਦੇ ਵਿੱਚ, ਇਹ ਕੀ ਕੰਮ ਕਰਦੀ ਹੈਗੀ ਪੋਲੀਟੀਕਲ ਪਾਰਟੀ, MLA ਕੀ ਕਰਦੇ, ਨਾ ਪਰਮਾਰ ਸਾਹਿਬ ਦੀ ਸਟੇਟਮੈਂਟ ਆਈ ਹੈ, ਨਾ ਆਪਣੇ ਖੇਤੀਬਾੜੀ ਮੰਤਰੀ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੀ ਆਈ ਆ। ਉਹ ਪਿੰਡ ਦੇ ਜਿਹੜੀ ਕਮੇਟੀ ਦੇ ਪ੍ਰਧਾਨ ਗੁਰਦਾ, ਉਹ ਕਹਿੰਦੇ ਕਿ ਉਹਨਾਂ ਨੇ ਇੱਕ ਬੜੀ ਸਿਆਣੀ ਗੱਲ ਕੀਤੀ ਹੈਗੀ ਆ, ਜਿਹੜੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ, ਕਹਿੰਦੇ 12,000 ਪਿੰਡ ਆ ਨਾ ਆਪਣੇ ਕੋਲ, 80-82,000 ਨਫਰੀ ਆ। ਉਹ ਕਹਿੰਦੇ ਹਰ ਪਿੰਡ ਦੇ ਵਿੱਚ 2 ਪੁਲਿਸ ਵਾਲੇ ਲਾ ਦਿਓ, ਇੱਕ ਸਵੇਰ ਨੂੰ ਲਾ ਦਿਓ, ਇੱਕ ਸ਼ਾਮ ਨੂੰ ਲਾ ਦਿਓ, ਅੱਧਾ ਨਸ਼ਾ ਖਤਮ ਹੋ ਜਾਊਗਾ, ਪਰ ਅਸੀਂ ਪੁਲਿਸ ਵਾਲੇ ਲਾਉਣੇ ਨਹੀਂ ਹੈਗੇ, ਦੁਕਾਨਾਂ ਬੰਦ ਹੋ ਜਾਣੀਆਂ। ਨਾਲ ਕਾਫਲਿਆਂ ਦੇ ਤਾਂ ਕਿਵੇਂ ਚੱਲਣਗੇ ਪੁਲਿਸ ਵਾਲੇ, ਜਿਹੜੇ MLA ਦੇ ਰੂਲਾਂ ਮੁਤਾਬਕ 4 ਗਨ ਮਿਲਦੇ ਸਕਿਉਰਿਟੀ ਦੇ ਵਿੱਚ, ਇੱਥੇ 14-14 ਰੱਖੇ ਹੈਗੇ ਨੇ, ਅਤੇ ਇਸ ਕਰਕੇ ਉਹ ਇੱਧਰੋਂ ਜਿਹੜੀ VIP ਡਿਊਟੀ ਘਟਾ ਕੇ, ਘੱਟੋ ਘੱਟ ਜਿਹੜੇ ਪਿੰਡ ਬਦਨਾਮ ਹੋਏ ਨੇ, ਤੁਸੀਂ ਉੱਥੇ ਤਾਂ ਲਾ ਦਿਓ ਨਾ ਪੁਲਿਸ ਵਾਲੇ, 2 ਦੀ ਬਜਾਏ 3 ਲਾ ਦਿਓ, ਅਤੇ ਨਸ਼ਾ ਖਤਮ ਹੋ ਜੂਗਾ। ਕੱਲ੍ਹ ਪਰਸੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ, ਕੋਈ ਪਤਾ ਨਹੀਂ ਕਿਹੜੀ ਸਟੇਟ ਦਾ ਬੰਦਾ, ਕੋਈ ਪੋਲੀਟੀਸ਼ਨ, ਉਹਦੇ ਨਾਲ ਪੰਜਾਬ ਪੁਲਿਸ ਦੇ ਕਮਾਂਡੋ ਘੁੰਮਦੇ ਫਿਰਦੇ ਹੈਗੇ ਨੇ। ਸਾਡੀ ਪੰਜਾਬ ਪੁਲਿਸ ਦਿੱਲੀ ਦੇ ਹੋਰ ਕਿਤੇ ਸਟੇਟਾਂ ਦੇ ਵਿੱਚ ਧੱਕੇ ਧੋੜੇ ਖਾ ਰਹੀ ਹੈ, ਇੱਥੇ ਮਾਵਾਂ ਦੇ ਪੁੱਤ ਮਰੀ ਜਾ ਰਹੇ, ਮਾਵਾਂ ਦੀਆਂ ਕੁੱਖਾਂ ਉਜੜ ਰਹੀਆਂ ਹੈਗੀਆਂ, ਧੀਆਂ ਦੇ ਸੁਭਾਗ ਉਜੜ ਰਹੇ ਨੇ, ਨਾ ਸਰਕਾਰ ਵੀ ਚੁੱਪ ਆ, ਪੁਲਿਸ ਵੀ ਚੁੱਪ ਆ, ਅਤੇ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਬਦਨਾਮ ਕਰਦੀਆਂ। ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਜਨਤਾ ਨੂੰ, ਜਿਵੇਂ ਹਰਿਆਣੇ ਦੇ ਵਿੱਚ ਬੇਟੀ ਬਚਾਓ ਵਾਲਾ ਨਾਅਰਾ ਕੀਤਾ ਨਾ, ਇਹ ਪੰਜਾਬ ਦੀ ਜਨਤਾ ਨੂੰ ਆਪ ਉੱਠਣਾ ਪੈਣਾ ਕਿ ਬੇਟੇ ਬਚਾਓ। ਪਰ ਬੇਟੇ ਵੀ ਬਚਾਉਣ ਦਾ ਕੀ ਫਾਇਦਾ ਹੈਗਾ ਪੰਜਾਬ ਦੇ ਵਿੱਚ, ਅਤੇ ਕੁੜੀਆਂ ਵਾਸਤੇ ਡਰੱਗ ਅਡਿਕਸ਼ਨ ਸੈਂਟਰ ਖੁੱਲ੍ਹ ਗਏ ਹੈਗੇ ਨੇ, ਅਤੇ ਪੰਜਾਬ ਦਾ ਤਾਂ ਬੇੜਾ ਗਰਕ ਕਰਤਾ ਇਹਨਾਂ ਸਰਕਾਰਾਂ ਨੇ, ਇਹ ਤਾਂ ਪੰਜਾਬ ਦੀ ਜਨਤਾ ਨੂੰ ਖੜ੍ਹੇ ਹੋਣਾ ਪੈਣਾ। ਜੀ, ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ 2-3 ਗੰਭੀਰ ਮੁੱਦਿਆਂ 'ਤੇ ਅਸੀਂ ਗੱਲਬਾਤ ਕੀਤੀ ਹੈ। ਤੁਸੀਂ ਕੀ ਸੋਚਦੇ, ਸਮਝਦੇ ਹੋ, ਆਪਣੇ ਸੁਝਾਅ ਵੀ ਸਰਕਾਰ ਅਤੇ ਪੁਲਿਸ ਨੂੰ ਕੀ ਦੇਣਾ ਚਾਹੁੰਦੇ ਹੋ ਜ਼ਰੂਰ ਸਾਂਝੇ ਕਰਿਓ। ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਿਵਾ ਗਿਆ, ਧੰਨਵਾਦ।